ਭੈਣ ਹੁਣੇ ਜਦੋਂ ਛੋਟੇ ਹੁੰਦੇ ਨੇ ਇਹਨਾਂ ਦੇ ਮਦਰ ਦੀ ਡੈਥ ਹੋ ਜਾਂਦੀ ਆ, ਫਾਦਰ ਸਾਹਿਬ ਦੂਜਾ ਵਿਆਹ ਕਰਵਾ ਲੈਂਦੇ ਆ। ਆਇਆ ਇੱਕ ਗੇਮ ਖੇਡਦੇ ਹੁੰਦੇ ਆ ਫ੍ਰੀ ਫਾਇਰ, ਅਤੇ ਉਹਦੇ ਜ਼ਰੀਏ ਇਹਨਾਂ ਦੀ ਮੁਲਾਕਾਤ ਵੀਰ ਹੁਣਾਂ ਦੇ ਨਾਲ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਦੁੱਖ ਸੁੱਖ ਸਾਂਝਾ ਕਰਦੇ ਆ। ਅਤੇ ਇਹ ਦੁੱਖ ਸੁੱਖ ਸਾਂਝਾ ਕਰਦੇ ਕਰਦੇ ਕਦੋਂ ਹਮ ਸਫ਼ਰ ਬਣ ਜਾਂਦੇ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ। ਮੈਂ ਛੋਟੀ ਸੀ, 5-6 ਸਾਲ ਦੀ ਸੀ ਨਾ, ਪਾਪਾ ਮੇਰੇ ਨਾ ਦੁਬਈ ਰਹਿੰਦੇ ਸੀ, ਪਾਪਾ ਜੀ ਘਰ ਆਏ ਸੀ, ਅਸੀਂ ਮਾਮਿਆਂ ਦੇ ਹੁੰਦੇ ਸੀ, ਅਤੇ ਘਰ ਆਏ ਸੀ, ਆ ਰਹੇ ਸੀ, ਰਸਤੇ ਵਿੱਚ ਨਾ ਐਕਸੀਡੈਂਟ ਹੋ ਗਿਆ ਸੀ, ਮੈਂ ਵੀ ਨਾਲ ਸੀ ਉਹਨਾਂ ਦੀ, ਅਤੇ ਮੈਂ ਅਤੇ ਮਾਮਾ ਜੀ ਬਚ ਗਏ ਸੀ, ਪਰ ਮੇਰੀ ਜਿਹੜੀ ਮਦਰ ਆ ਅਤੇ ਜਿਹੜੀ ਮੇਰੀ ਛੋਟੀ ਸਿਸਟਰ ਆ, ਉਹਨਾਂ ਦੀ ਡੈਥ ਹੋ ਗਈ ਸੀ, ਕਿਉਂਕਿ ਉਹ ਡਿੱਗੇ ਸੀ ਉਸੇ ਟਾਈਮ ਹੀ ਨਾ, ਜਿਸ ਟਾਈਮ ਉਹ ਡਿੱਗੇ ਸੀ ਉਸੇ ਟਾਈਮ ਨਾ ਗੱਡੀ ਲੰਘ ਗਈ ਸੀ ਉੱਪਰ ਉਹਨਾਂ ਦੇ। ਹਾਂ, ਛੋਟੀ ਸੀ ਪਰ ਮੈਨੂੰ ਅਜੇ ਤੱਕ ਵੀ ਉਹ ਸਾਰਾ ਕੁਛ ਯਾਦ ਆ। ਪਾਪਾ ਦੀ ਫਿਰ ਸੈਕਿੰਡ ਮੈਰਿਜ ਹੋ ਗਈ ਸੀ, ਹਾਂ ਉਦੋਂ ਮੈਂ ਫਸਟ ਜਾਂ ਸੈਕਿੰਡ ਕਲਾਸ ਦੇ ਵਿੱਚ ਹੋਣੀ ਆ। ਪਰ ਪਾਪਾ ਮੇਰੇ ਬਹੁਤ ਵਧੀਆ ਸੀ, ਸਪੋਰਟਿਵ ਸੀ, ਆਨਾ ਕੀ ਕਹਿਣਾ, ਦੇ ਉਹਨਾਂ ਨੇ ਪੜ੍ਹਾਇਆ ਮੈਨੂੰ ਕਿ ਮੇਰੀ ਪੜ੍ਹਾਈ 'ਤੇ ਖਰਚਾ ਕੀਤਾ। ਫਿਰ ਕਈ ਕਹਿ ਵੀ ਦਿੰਦੇ ਸੀ ਨਾ, ਪੜ੍ਹਾ ਰਹੇ ਆ ਇੰਨਾ ਜ਼ਿਆਦਾ, ਇੱਥੇ ਖਰਚੀ ਜਾ ਰਹੇ ਹੋ, ਇਹਨੂੰ ਇੱਦਾਂ ਕਰਦੇ ਆ। ਅੱਜ ਤੱਕ ਮੈਨੂੰ ਕਦੀ ਵੀ ਮਾਂ ਦਾ ਪਿਆਰ ਨਹੀਂ ਮਿਲਿਆ। ਆਪਾਂ ਕਈ ਗੱਲਾਂ ਨਾ ਆਪਣੀ ਮਦਰ ਨਾਲ ਹੀ ਸ਼ੇਅਰ ਕਰ ਸਕਦੇ ਨਾ, ਕਿ ਕਿਸੇ ਹੋਰ ਨਾਲ ਨਹੀਂ ਸ਼ੇਅਰ ਕਰ ਸਕਦੇ। ਕਿਉਂਕਿ ਉਦੋਂ ਮੇਰੀ ਉਮਰ ਵੀ ਇੰਨੀ ਨਹੀਂ ਸੀ, 23 ਸਾਲ ਦੀ ਉਮਰ ਸੀ, ਫਿਰ ਮੈਨੂੰ ਘਰ ਵੀ ਰਹਿਣਾ ਚੰਗਾ ਨਹੀਂ ਲੱਗਦਾ ਹੁੰਦਾ ਸੀ, ਮੈਂ ਬਾਹਰ ਹੀ ਰਹਿੰਦੀ ਸੀ, ਜੋਬ ਕਰਦੀ ਸੀ, ਅਤੇ ਫਿਰ ਘਰ ਮੈਂ ਜਦੋਂ ਗੱਲ ਕੀਤੀ ਸੀ, ਫਿਰ ਮੈਂ ਦੱਸ ਕਿਹਾ ਸੀ ਚਲੋ ਮੇਰੀ ਮੈਰਿਜ ਕਰ ਦਿਉ ਹੈ ਨਾ। ਮੈਂ ਗੇਮ ਖੇਡਦੀ ਹੁੰਦੀ ਸੀ ਅਤੇ ਗੇਮ ਦੇ ਵਿੱਚ ਹੀ ਅਸੀਂ ਮਿਲੇ ਸੀ। ਹਾਂਜੀ, ਅਸੀਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਅਤੇ ਫੋਨ 'ਤੇ ਵੀ ਨਹੀਂ ਗੱਲ ਕਰਦੇ ਹੁੰਦੇ ਸੀ ਹੈ ਨਾ, ਅਤੇ ਆਪਾਂ ਬਸ ਮੈਸੇਜ ਹੀ ਕਰਦੇ ਹੁੰਦੇ ਸੀ ਇੱਕ ਦੂਜੇ ਨੂੰ ਹੈ ਨਾ। ਗੇਮ ਦੇ ਵਿੱਚ ਆਪਾਂ ਜਿਹੜੀ ਗੇਮ ਖੇਡਦੇ ਸੀ, ਗੇਮ ਦੇ ਵਿੱਚ ਗੱਲ ਹੋ ਜਾਂਦੀ ਹੁੰਦੀ ਸੀ, ਪਰ ਫਿਰ ਵੀ ਨਾ ਆਪਣਾ ਦੁੱਖ ਸੁੱਖ ਸਾਂਝਾ ਕਰਕੇ ਵਧੀਆ ਲੱਗਦਾ ਹੁੰਦਾ ਸੀ, ਕਿਉਂਕਿ ਜਿਸ ਕੰਡੀਸ਼ਨ 'ਚੋਂ ਮੈਂ ਸਫ਼ਰ ਕਰ ਰਹੀ ਸੀ ਸੇਮ ਉਹੀ ਕੰਡੀਸ਼ਨ ਇਹਨਾਂ ਦੀ ਸੀ, ਅਤੇ ਇਸ ਕਰਕੇ ਨਾ ਕਿ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਸਾਨੂੰ ਆਪਸ ਦੇ ਵਿੱਚ ਗੱਲ ਕਰਕੇ, ਕਿ ਕੋਈ ਦੁੱਖ ਸੁਣਨ ਵਾਲਾ ਹੈ, ਮੈਂ ਇਹਨਾਂ ਦਾ ਦੁੱਖ ਸੁਣਦੀ ਸੀ, ਇਹ ਮੇਰਾ ਦੁੱਖ ਸੁਣਦੇ ਸੀ। ਪਹਿਲਾਂ ਤਾਂ ਇਹ 2 ਸਾਲ ਮੰਨੇ ਹੀ ਨਹੀਂ ਹੈਗੇ, ਬਸ ਥੋੜ੍ਹੀ ਬਹੁਤ ਗੱਲ ਕਰਨੀ ਇਹਨਾਂ ਨੇ। ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ, ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਵਿਆਹ ਹੀ ਕਰਾਉਣਾ ਹੈਗਾ, ਅਤੇ ਇਹ ਮੰਨੇ ਨਹੀਂ। ਫਿਰ ਇਹਨਾਂ ਦੀ ਮਤਲਬ ਇੱਕ ਫਰੈਂਡ ਹੋਈ ਸੀਗੀ ਕੁੜੀ, ਅਤੇ ਉਹਨਾਂ ਨੇ ਇਹਨਾਂ ਨੂੰ ਸਮਝਾਇਆ, ਅਤੇ ਉਹਨਾਂ ਦੇ ਕਹੇ ਤੋਂ ਫਿਰ ਇਹਨਾਂ ਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਥੋੜ੍ਹੀ ਥੋੜ੍ਹੀ, ਤੋ ਉਸ ਤੋਂ ਬਾਅਦ ਫਿਰ ਸਾਡਾ ਰਿਲੇਸ਼ਨ ਜ਼ਿਆਦਾ ਵਧੀਆ ਹੋ ਗਿਆ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਕਾਲ ਕਰਨੀ, ਮੈਸੇਜ ਕਰਨੇ, ਇੱਕ ਮਿੰਟ ਨਾਲ ਰਹਿਣਾ ਇੱਕ ਦੂਜੇ ਨਾਲ, ਡਿਊਟੀ ਵੀ ਜਾਂਦੇ, ਡਿਊਟੀ ਤੋਂ ਆ ਕੇ ਬਾਅਦ ਕਾਲ ਲੱਗੇ ਰਹਿਣਾ, ਇੱਦਾਂ ਨਹੀਂ ਵੀ ਗੱਲ ਕਰਨੀ ਤਾਂ ਵੀ ਲਾ ਕੇ ਛੱਡ ਦੇਣਾ, ਮਤਲਬ ਇੱਦਾਂ ਦਾ ਰਿਲੇਸ਼ਨ ਮੈਨੂੰ ਲੱਗਦਾ ਕਿਸੇ ਦਾ ਹੋਣਾ ਹੀ ਨਹੀਂ ਜਿੱਦਾਂ ਦਾ ਸਾਡਾ ਸੀਗਾ, ਕਿਉਂਕਿ ਜੇ ਗੱਲ ਵੀ ਨਹੀਂ ਕਰਨੀ ਨਾ ਉੱਦਾਂ ਹੀ ਮਤਲਬ ਪੈਣਾ ਵੀ ਤਾਂ ਵੀ ਇੱਦਾਂ ਲਾ ਕੇ ਛੱਡ ਦੇਣਾ, ਚੱਲੀ ਜਾਣ ਤੋਂ ਕੋਈ ਚੱਕਰ ਨਹੀਂ, ਫ੍ਰੀ ਹੁੰਦਾ ਸੀਗਾ ਜੀ। ਹਫ਼ਤੇ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋ ਗਿਆ ਸੀ ਜਦੋਂ ਮੈਂ ਗੱਲ ਕਰਦੇ, ਫਿਰ ਹਫ਼ਤੇ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਗਿਆ। ਹਾਂਜੀ, ਹਫ਼ਤੇ ਦੇ ਵਿੱਚ ਹੀ ਸਾਰਾ ਕੁਛ ਸਾਡਾ ਹੋ ਗਿਆ ਸੀ। ਸਭ ਤੋਂ ਜ਼ਿਆਦਾ ਸਾਥ ਮੇਰੇ ਮਾਮਾ ਮਾਮੀ ਜੀ ਉਹਨਾਂ ਨੇ ਦਿੱਤਾ, ਹਾਂ ਉਹ ਬਹੁਤ ਜ਼ਿਆਦਾ ਮੇਰਾ ਕਰਦੇ, ਜਿਹੜੇ ਮੇਰੇ ਪਹਿਲੇ ਮਾਮਾ ਜੀ ਮਾਮੀ ਆ, ਪਹਿਲੇ ਮਦਰ ਦੇ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ। ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕੀਤੀ ਸੀ, ਇਹਨਾਂ ਬਾਰੇ ਦੱਸਿਆ ਸੀ, ਫੋਟੋ ਭੇਜੀ ਸੀ, ਉਹ ਕਹਿੰਦੇ ਵਧੀਆ, ਉਹਨਾਂ ਨੇ ਮੈਨੂੰ ਕੁਛ ਨਹੀਂ ਬੋਲਿਆ ਕਿ ਤੂੰ ਆਪ ਲੱਭ ਲੈਂਦਾ, ਕੁਛ ਵੀ ਨਹੀਂ ਬੋਲਿਆ ਉਹਨਾਂ ਨੇ। ਅਤੇ ਜਦੋਂ ਮਾਮਾ ਜੀ ਹੁਣੇ ਮੇਰੀ ਮੈਰਿਜ 'ਤੇ ਖਰਚਾ ਕਰ ਰਹੇ ਸੀ, ਜਦੋਂ ਉਹਨਾਂ ਨੇ ਪੈਲਸ ਬੁੱਕ ਕੀਤਾ, ਇੱਧਰ ਦੇ ਕਈ ਰਿਸ਼ਤੇਦਾਰ ਸੀ ਨਾ ਆ ਕੇ ਮੇਰੇ ਮਾਮਾ ਜੀ ਮਾਮੀ ਉਹਨਾਂ ਨੂੰ ਬੋਲ ਰਹੇ ਸੀ, ਤੁਸੀਂ ਐਡਾ ਖਰਚਾ ਕਿਉਂ ਕਰ ਰਹੇ ਹੋ, ਤੁਸੀਂ ਪੈਲਸ ਬੁੱਕ ਕਰਤਾ, ਕਿਤੋਂ ਪੁੱਛ ਕੇ ਕੀਤਾ, ਇੱਦਾਂ ਕਿਉਂ ਕੀਤਾ, ਵਿੱਚ ਕਈ ਹੁੰਦੇ ਨਾ ਰਿਸ਼ਤੇਦਾਰ, ਫਿਰ ਵੀ ਬੋਲੀ ਜਾ ਰਹੇ ਸੀ। ਵਿਆਹ ਤੇ ਆਉਂਦੇ ਨਹੀਂ ਫਾਦਰ ਸਾਹਿਬ ਉਦਾਂ? ਨਹੀਂ, ਵਿਆਹ ਤੇ ਵੀ ਨਹੀਂ ਆਉਂਦੇ? ਨਹੀਂ, ਪਾਪਾ ਨਹੀਂ ਆਏ ਸੀ। ਕੋਈ ਵੀ ਨਹੀਂ ਆਉਂਦਾ ਫੈਮਿਲੀ 'ਚ? ਨਹੀਂ, ਬਾਕੀ ਮੇਰੇ ਜਿਹੜੇ ਕਜ਼ਨ ਸੀ, ਚਾਚਾ ਜੀ ਸੀ, ਬਾਕੀ ਜਿਹੜੇ ਸਾਰੇ ਫੈਮਿਲੀ ਦੇ ਸੀ ਉਹ ਸਾਰੇ ਆਏ। ਮਦਰ ਫਾਦਰ ਨਹੀਂ ਹੁੰਦੇ? ਹਾਂਜੀ, ਬਾਕੀ ਸਾਰੇ ਜਣੇ ਆਏ ਸੀ। ਮੈਂ ਤਾਂ ਰੱਬ ਦਾ ਸ਼ੁਕਰ ਹੀ ਕਰਦਾ ਵੀ ਸਾਨੂੰ ਵਧੀਆ ਰੱਬ ਨੇ ਮਿਲਾ ਤਾ, ਜੇ ਨਾ ਇਹ ਹੁੰਦੇ ਤਾਂ ਅੱਜ ਅਸੀਂ, ਮੇਰੇ ਵੀ ਹਾਲਾਤ ਇਹ ਨਹੀਂ ਹੋਣੇ ਸੀ, ਨਾ ਮੇਰੇ ਘਰ ਦੇ ਹਾਲਾਤ ਵਧੀਆ ਹੋਣੇ ਸੀ, ਇਹਨਾਂ ਦੇ ਆਉਣ ਨਾਲ ਮੇਰੇ ਘਰ ਦੇ ਹਾਲਾਤ ਵੀ ਬਹੁਤ ਚੇਂਜ ਹੋਏ ਆ, ਜਿਹੜੀ ਚੀਜ਼ਾਂ ਦੀ ਮੈਨੂੰ ਕਮੀ ਰਹਿੰਦੀ ਸੀ ਉਹ ਚੀਜ਼ਾਂ ਵੀ ਮੈਨੂੰ ਅੱਜ ਦੀ ਟਾਈਮ ਦੇ ਵਿੱਚ ਮਿਲਦੀਆਂ ਨੇ। ਲੱਕੀ ਮੰਨਦੇ ਹੋ ਫਿਰ? ਬਹੁਤ ਜ਼ਿਆਦਾ ਲੱਕੀ, ਲੱਕੀ ਤੋਂ ਵੀ ਲੱਕੀ। ਮਤਲਬ
जिन्नी मैं पहले तंग सी उन्नी ज़्यादा हूँ मैं खुश हाँ, क्योंकि मैंने किसी चीज़ की कमी नहीं होने देंगे, पूरी सपोर्ट करते हैं। हाँ, इस करके हूँ मैरिज तो बाद मैं खुश हाँ काफ़ी। ये तो कहते मैं लक्की तो भी लक्की हाँ, तो तुम लक्की महसूस कर दे? हाँ जी, मैं भी बहुत ज़्यादा लक्की हाँ। कई बार इदा होंगे कि मैनू कई ना चीज़ा मूहों बोल के कहने की जरूरत नहीं होंगी, जो कई बार कोई चीज़ खाने दिल करता या कुछ भी, ये पता नहीं इन्हों कि पता लग जाता है, अपने आप ही ले आती है। कई बार गल करनी होंगी मैं गल भी नहीं कहने की जरूरत पड़ती, अपने आप कह देंगे, मतलब इन्नी ज़्यादा बॉन्डिंग है ना, कई बार एक दूजे ने कोई गल कह जरूरत भी नहीं होंगी, अपने आप ही मूँह चो निकल जाते, तुम ये कहना से तुम आह कहना से, हाँ इन्ना ज़्यादा समझ लेंगे कि कुछ भी दसन की जरूरत नहीं पैंती मैनू इन्हों। मैं डेली अप डाउन करती हूँ, मैनू 4 to 5 घंटे ट्रैवलिंग दे विच लंघ जाते हैं, मैनू समझते भी मैंने कोई घर का काम करना हो, कई बार कपड़े वॉश करने हो, मेरे तो इन्ना टाइम नहीं होंदा, क्योंकि आके मैं ट्यूशन पढ़ानी हूँ बच्चों नू, जो मैं घर आनी हूँ ट्यूशन वाले बच्चे आए होंगे, फिर मेरी पूरी हैल्प करते हैं, चाह भी बना देंगे मैनू, मेरे कपड़े भी वॉश करवा देंगे। जो मैं पढ़ती हूँ मैं उदो भी जिन्ना टाइम मैं पढ़ूंगी, भावें मैं रात का 1 बज जाए भावें 2 बज जाए, ये मेरे नाल उन्ना टाइम बैठी रहूगी जिन्ना टाइम मेरा काम नहीं खत्म होना, पूरी सपोर्ट करते हैं मैं स्टडी के। सत श्री अकाल, मैं हाँ तुहाडे नाल जसप्रीत। अज तुहाडी मुलाकात गुरप्रीत ते जसप्रीत दे नाल करवाण जा रहे हैं। इंस्टाग्राम ते तुसीं इन्हां नूं कई बार देखिया होगा, वीडियोज़ देखिया होणगियां, अज इन्हां दी जिंदगी दी कहानी तुहानूं सुणावांगे। भैण हुणे जदों छोटे हुंदे ने इन्हां दी मदर दी डैथ हो जांदी आ, फादर साहब दूजा विआह करवा लेंदे आ, मदर नाल इन्ना प्यार हुंदा आ कि इह उहनां दे जाण तों बाद कल्ला महसूस करदे आ, बहुत सारियां चीज़ां गल्लां बहुत सारियां गल्लां इन्हां दे मन दे विच हुंदियां ने, तां अचानक एक टर्निंग पॉइंट आउंदा आ, एक गेम खेलदे हुंदे आ फ्री फायर, तो उहदे जरिए इन्हां दी मुलाकात वीर हुणां दे नाल हुंदी आ, गलबात हुंदी आ, दुख सुख सांझा करदे आ, तो ये दुख सुख सांझा करदे करदे कदों हम सफर बन जाते इन्हां नूं भी नहीं पता लगता। गलबात करांगे तो इन्हां दी जिंदगी बारे जानदे आ। सब तो पहला स्वागत कर लैंदे आ वीर जी, बहुत बहुत स्वागत है। सत श्री अकाल जी सारिआं नूं पहलां, मैम तुहाडा बहुत बहुत स्वागत। सत श्री अकाल जी सारिआं नूं, तुहाडा भी बहुत ज़्यादा स्वागत है, तुसीं आए साडी इंटरव्यू लई। अच्छा मैम, मदर की डैथ हो जाती है ना, तुहाडे छोटे हुंदे आ तुसीं, तुहाडी किन्नी उम्र हुंदी है ते माता जी नूं की हुंदा है? ते मैं छोटी ही सी, 5-6 साल दी सी ना, पापा मेरे ना दुबई रहिंदे सी। अच्छा। पापा जी घर आए सी, असीं मामियां दे हुंदे सी, ते घर आए सी, आ रहे सी, रास्ते विच ना एक्सीडेंट हो गया सी। अच्छा। ते मेरी एक छोटी सिस्टर भी सी, ते फिर ना एक्सीडेंट जो होया फिर मेरे मम्मा ते सिस्टर उस टाइम एक्सपायर हो गए सी। फादर साहब नाल हुंदे? नहीं, पापा जी घर सी ते मामा जी ना छड्डन आ रहे सी, फिर रास्ते दे विच एक्सीडेंट होने करके ना फिर उस टाइम ही मैं भी नाल सी उन्हां दी, ते मैं ते मामा जी बच गए सी, पर मेरी जिहड़ी मदर आ ते जिहड़ी मेरी छोटी सिस्टर आ उन्हां दी डैथ हो गई सी। इन्ना वड्डा हादसा तुहाडे अक्खां दे सामने, उह सारी चीज़ हुंदी आ, फिर तुसीं तुहाडे ते 60 फिट लगदी उदों? नहीं, उस टाइम मैनूं नहीं कोई 60 लगी सी, पर मैं छोटी सी। होश सी उले जो एक्सीडेंट होंदा? हाँ जी, क्योंकि डिगे सी उस टाइम ही ना, जो जिस टाइम वो डिगे सी उस टाइम ना गड्डी लंघ गई सी उपर उन्होंने। अच्छा। हाँ छोटी सी, पर मैनू अजे तक भी वो सारा कुछ याद आ। अच्छा। हाँ जी, फिर तुम्हें पता लगता भी उस टाइम मदर है नहीं हूँ थोड़े? हाँ जी। सिस्टर का भी? हाँ जी, सिस्टर भी उस टाइम एक्सपायर। हाँ तो मुक्की। हाँ जी, अजे भी मैनू ना सारा कुछ याद आ, क्योंकि अज तक मैनू कभी भी माँ का प्यार नहीं मिले, क्योंकि आप कई गल अपनी मदर नाल ही शेयर कर सकते ना, कि किसी होर नाल नहीं शेयर कर सकते, कि फिर उन्होंने हॉस्पिटल वगैरह लैके जाते हो, उत्थे हुंदी होप भी ये बच सकते ने? हाँ जी, हॉस्पिटल लैके गए सी, फिर ना एक्सपायर हो गए सी उस टाइम सिस्टर ते मदर। उस तो उन्होंने जान तो बाद किद्दां दा माहौल हुंदा या घर दे विच, है ना, तुहाडे होर भैण भरा भी हैगे आ तुहाडे तों अलावा? नहीं, मदर एक्सपायर हो गई सी, सिस्टर भी एक्सपायर हो गई सी, ते फिर जिहड़े मेरे स्टैप मदर आ, दूसरे मदर आ, उन्हां दे बेटा बेटी है।
ਉਦੋਂ ਤੁਸੀਂ ਇਕੱਲੇ ਰਹਿ ਜਾਂਦੇ ਹੋ ਫਿਰ? ਹਾਂਜੀ ਮੈਂ ਇਕੱਲੀ ਸੀ। ਫਿਰ ਜਿਹਨੇ ਜਨਮ ਦਿੱਤਾ ਉਹ ਵੀ ਚਲੇ ਗਏ, ਹੈ ਨਾ? ਕਹਿੰਦੇ ਜਿਹੜੇ ਭੈਣ ਭਰਾ ਹੁੰਦੇ ਆ ਉਹ ਉਹੀ ਹੁੰਦੇ, ਹੈ ਨਾ, ਨਾਲ ਦੇ ਜੰਮੇ ਹੀ। ਤੁਹਾਡਾ ਦੁੱਖ ਸੁੱਖ ਅੱਗੇ ਮਾਂ ਪਿਓ ਤੋਂ ਬਾਅਦ ਜਦੋਂ ਇੱਕ ਉਮਰ ਆਉਂਦੀ ਹੈ, ਜਦੋਂ ਪੇਰੈਂਟਸ ਵੀ ਚਲੇ ਜਾਂਦੇ, ਹੈ ਨਾ, ਫਿਰ ਆਪਾਂ ਨਾਲ ਦੇ ਜੰਮਿਆਂ ਨਾਲ ਹਰ ਦੁੱਖ ਸੁੱਖ ਸਾਂਝਾ ਕਰਦੇ, ਫਿਰ ਉਹ ਵੀ ਨਾਲ ਹੀ ਚਲੇ ਜਾਂਦੇ, ਫਿਰ ਇਕੱਲਾਪਨ ਮਹਿਸੂਸ ਹੁੰਦਾ ਸੀਗਾ ਉੱਥੇ ਫਿਰ? ਹਾਂਜੀ ਬਹੁਤ ਜ਼ਿਆਦਾ ਹੁੰਦਾ ਸੀ, ਕਿਉਂਕਿ ਆਪਾਂ ਹੈ ਨਾ ਕਈ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਦੂਸਰੇ ਨਾਲ। ਪਰ ਜਿਹੜੇ ਮੇਰੇ ਕਜ਼ਨ ਸੀ, ਚਾਚਾ ਚਾਚੀ ਦੇ ਹੈ ਨਾ ਬੇਟੇ ਬੇਟੀਆਂ ਸਾਰੇ ਬਹੁਤ ਜ਼ਿਆਦਾ ਸਪੋਰਟਿਵ ਸੀ। ਕਜ਼ਨਸ ਸੀ ਨਾ, ਉਹ ਮੇਰੀ ਸਪੋਰਟ ਕਰਦੇ ਸੀ, ਮੇਰੀ ਗੱਲ ਸੁਣਦੇ ਸੀ, ਸਮਝਦੇ ਸੀ ਮੈਨੂੰ ਕਿ ਫੈਮਿਲੀ ਦੇ ਬਾਕੀ ਵਧੀਆ ਸੀ ਕਜ਼ਨਸ ਮੇਰੇ। ਅੱਛਾ, ਹਾਂਜੀ। ਅਤੇ ਫਿਰ ਫਾਦਰ ਸਾਹਿਬ ਕਦੋਂ ਵਾਪਸ ਆਉਂਦੇ ਨੇ? ਉਦੋਂ ਹੈ ਨਾ ਪਾਪਾ ਆਏ ਸੀ, ਉਹਨਾਂ ਨੂੰ ਮਿਲਣ ਜਾਣਾ ਸੀ, ਉਸੇ ਕਰਕੇ ਹੈ ਨਾ ਕਿ ਸਾਨੂੰ ਛੱਡਣ ਜਾ ਰਹੇ ਸੀ। ਹਾਂਜੀ, ਫਿਰ ਉਸ ਤੋਂ ਬਾਅਦ ਛੋਟੀ ਸੀ ਫਿਰ ਮੈਂ ਕਾਫੀ, ਫਿਰ ਪਾਪਾ ਦੀ ਫਿਰ ਸੈਕਿੰਡ ਮੈਰਿਜ ਹੋ ਗਈ ਸੀ। ਹਾਂ, ਉਦੋਂ ਮੈਂ ਫਸਟ ਜਾਂ ਸੈਕਿੰਡ ਕਲਾਸ ਦੇ ਵਿੱਚ ਹੋਣੀ ਆ ਜਦੋਂ ਫਾਦਰ ਸਾਹਿਬ ਦੀ ਦੂਸਰਾ ਵਿਆਹ ਹੋ ਜਾਂਦਾ। ਹਾਂਜੀ, ਮੈਂ ਸੈਕਿੰਡ ਜਾਂ ਫਸਟ ਕਲਾਸ 'ਚ ਸੀ ਉਦੋਂ। ਛੋਟ ਬਾਅਦ ਵੀ ਇਕੱਲਾ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ, ਔਰ ਸਟੈਪ ਮਦਰ ਦੇ ਨਾਲ ਕੋਈ ਗੱਲਾਂ ਸਾਂਝੀਆਂ ਨਹੀਂ ਕਰ ਪਾਉਂਦੇ ਆਪਣੀਆਂ? ਹਾਂਜੀ, ਕਿਉਂਕਿ ਹਾਂ ਮੈਂ ਇਕੱਲਾ ਹੀ ਮਹਿਸੂਸ ਕਰਦੀ ਸੀ ਆਪਣੇ ਆਪ ਨੂੰ ਉਸ ਤੋਂ ਬਾਅਦ ਵੀ। ਪਾਪਾ ਮੇਰੇ ਬਹੁਤ ਵਧੀਆ ਸੀ, ਸਪੋਰਟਿਵ ਸੀ, ਹੈ ਨਾ ਕਿ ਕਹਿਣਾ ਦੇ ਉਹਨਾਂ ਨੇ ਪੜ੍ਹਾਇਆ ਮੈਨੂੰ, ਕਿ ਮੇਰੀ ਪੜ੍ਹਾਈ 'ਤੇ ਖਰਚਾ ਕੀਤਾ। ਫਿਰ ਕਈ ਕਹਿ ਵੀ ਦਿੰਦੇ ਸੀ ਹੈ ਨਾ ਪੜ੍ਹਾ ਰਹੇ ਹਾਂ ਇੰਨਾ ਜ਼ਿਆਦਾ, ਇੱਥੇ ਖਰਚੀ ਜਾ ਰਹੇ ਹੋ, ਇਹਨੂੰ ਇੱਦਾਂ ਕਰਦੇ ਆ, ਕਈ ਲੋਕ ਹੁੰਦੇ ਆ ਫਿਰ ਨਾ, ਫਿਰ ਉਹ ਕਹਿ ਵੀ ਦਿੰਦੇ ਸੀ, ਪਰ ਫਿਰ ਵੀ ਪਾਪਾ ਮੇਰੀ ਸਪੋਰਟ ਕਰਦੇ ਸੀ ਕਿ ਉਹਨਾਂ ਨੇ ਮੈਨੂੰ ਕੋਰਸ ਕਰਾਇਆ, ਵਧੀਆ ਪੜ੍ਹਾਇਆ। ਪਾਪਾ ਮੇਰੇ ਨਾਲ ਵਧੀਆ ਰਹਿੰਦੇ ਸੀ। ਕੌਣ ਕਹਿੰਦਾ ਹੁੰਦਾ ਸੀ, ਰਿਸ਼ਤੇਦਾਰ ਕਹਿੰਦੇ ਸੀ ਇਹ ਗੱਲ? ਹਾਂਜੀ, ਕੋਈ ਆਪਣੇ ਹੀ ਕਹਿੰਦੇ ਹੁੰਦੇ ਸੀ, ਕਹਿਣਾ ਦੇ ਹੁੰਦੇ ਸੀ ਪੜ੍ਹਾਈ 'ਤੇ ਇੰਨੇ ਪੈਸੇ ਲਾ ਤੇ, ਫਿਰ ਮੈਨੂੰ ਵੀ ਕੀ ਸੁਣਾ ਦਿੰਦੇ ਹੁੰਦੇ ਸੀ ਅਤੇ ਇੰਨੇ ਪੈਸੇ ਖਰਚੀ ਜਾਂਦੇ ਆ, ਤੈਨੂੰ ਪੜ੍ਹਾਉਂਦੇ ਆ ਤੇਰੇ ਕਰਕੇ, ਇੱਦਾਂ ਕਰਦੇ ਆ, ਇੱਦਾਂ ਕਰਦੇ ਆ, ਕਿ ਸਾਨੂੰ ਇਹ ਨਹੀਂ ਮਿਲਦਾ ਤੇਤੇ ਪੈਸੇ ਖਰਚਦੇ ਆ, ਇੱਦਾਂ ਕਈ ਬੋਲ ਦਿੰਦੇ ਸੀ ਮੈਨੂੰ। ਫਿਰ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿ ਹਾਂ, ਕਿਉਂਕਿ ਮੈਨੂੰ ਇਹ ਵੀ ਨਹੀਂ ਵਧੀਆ ਲੱਗਦਾ ਕਿ ਮੈਂ ਕਿਸੇ ਚੀਜ਼ 'ਤੇ ਬੋਝ ਬਣਾ। ਫਿਰ ਇਸ ਕਰਕੇ ਜਦੋਂ ਹੀ ਮੇਰੀ ਸਟੱਡੀ ਖਤਮ ਹੋਈ ਸੀ, ਫਿਰ ਮੈਂ ਨਾਲ ਹੀ ਜੋਬ ਕਰਨ ਲੱਗ ਗਈ ਸੀ। ਫਿਰ ਹਾਂ, ਮੈਂ 3 ਸਾਲ ਜੋਬ ਕੀਤੀ ਸੀ, ਉਸ ਤੋਂ ਬਾਅਦ ਫਿਰ ਮੈਂ ਘਰ ਨਹੀਂ ਰਹਿੰਦੀ ਸੀ, ਫਿਰ ਮੈਂ ਬਾਹਰ ਹੀ ਰਹਿੰਦੀ ਸੀ, ਜੋਬ ਕਰਦੀ ਸੀ ਨਾ, ਫਿਰ ਇਸ ਕਰਕੇ। ਜਦੋਂ ਫਿਰ ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ ਘਰ ਦੇ ਵਿੱਚ, ਹੈ ਨਾ, ਵੀ ਤੇਰੇ 'ਤੇ ਖਰਚਾ ਕਰਦੇ ਆ, ਇਹ ਕਰਦੇ ਵੋ ਆ, ਫਿਰ ਫਿਰ ਮਦਰ ਦੀ ਯਾਦ ਆਉਂਦੀ ਸੀ? ਕਿਉਂਕਿ ਮਾਂ ਜਿਹੜੀ ਹੁੰਦੀ ਆ ਉਹ ਹਰ ਪੱਖ ਦੇ ਵਿੱਚ ਆਪਣੇ ਬੱਚਿਆਂ ਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ, ਹੈ ਨਾ, ਗੱਲਾਂ ਤਾਂ ਦੂਰ ਦੀ ਗੱਲ ਹੁੰਦੀ ਹੈ ਵੀ ਸੁਣਨ ਤੱਕ ਪਹੁੰਚਣ ਬੱਚਿਆਂ ਤੱਕ। ਫਿਰ ਉਦੋਂ ਮਹਿਸੂਸ ਹੁੰਦਾ ਸੀ ਕਿ ਜੇ ਮੇਰੀ ਮਾਂ ਜਿਉਂਦੀ ਹੁੰਦੀ ਤਾਂ ਅੱਜ ਮੈਨੂੰ ਕਿਸੇ ਵੀ ਚੀਜ਼ ਦੀ, ਪੜ੍ਹਨ ਤਾਂ ਦੂਰ ਦੀ ਗੱਲ ਹੈ, ਕਿਸੇ ਵੀ ਚੀਜ਼ 'ਚ ਕੋਈ ਤਕਲੀਫ ਨਹੀਂ ਹੋਣੀ ਸੀ, ਕੋਈ ਦਿੱਕਤ ਨਹੀਂ ਸੀ ਹੋਣੀ। ਹਾਂਜੀ, ਇਹ ਤਾਂ ਹੁੰਦਾ ਸੀ ਕਿ ਕਿਉਂਕਿ ਮੈਨੂੰ ਇਹ ਸੀ ਕਿ ਜੇ ਮੇਰੀ ਮੰਮਾ ਹੁੰਦੀ ਕਿ ਅੱਜ ਮੈਨੂੰ ਇਹ ਦਿਨ ਦੇਖਣੇ ਨਹੀਂ ਪੈਣੇ ਸੀ। ਹਾਂਜੀ, ਕਿਉਂਕਿ ਮਾਂ ਦਾ ਪਿਆਰ ਮਾਂ ਦਾ ਹੀ ਪਿਆਰ ਹੁੰਦਾ, ਕੋਈ ਨਹੀਂ ਦੇ ਸਕਦਾ। ਹਾਂਜੀ, ਇਹ ਤਾਂ ਹੈ। ਫਾਦਰ ਸਾਹਿਬ ਨੇ ਉੱਦਾਂ ਕਦੀ ਕੋਸ਼ਿਸ਼ ਕਰਦੇ ਸੀਗੇ ਕਿ ਤੁਹਾਨੂੰ ਮਾਂ ਦੀ ਯਾਦ ਨਾ ਆਵੇ? ਹਾਂਜੀ, ਪਾਪਾ ਵਧੀਆ ਸੀ, ਜਿਹੜੀ ਚੀਜ਼ ਕੋ ਲੈ ਕੇ ਦਿੰਦੇ ਹੁੰਦੇ ਸੀ, ਘੁੰਮਣ ਵੀ ਲੈ ਕੇ ਜਾਂਦੇ ਹੁੰਦੇ ਸੀ, ਪਾਪਾ ਬਹੁਤ ਜ਼ਿਆਦਾ ਸਪੋਰਟ ਕਰਦੇ ਹੁੰਦੇ ਸੀ ਕਿ ਮੇਰੀ ਕਿ ਪੜ੍ਹ ਪੜ੍ਹ ਜਿੰਨਾ ਪੜੂੰਗੀ ਕੋਈ ਨਹੀਂ ਪੜ੍ਹ ਤੂੰ। ਉਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਸੀ ਤੂੰ ਪੜ੍ਹ, ਕਿ ਇੱਥੋਂ ਤੱਕ ਕਿ ਮੈਨੂੰ ਕਈ ਵਾਰੀ ਘਰ ਦਾ ਕੰਮ ਵੀ ਨਹੀਂ ਕਰਨ ਦਿੰਦੇ ਸੀ, ਤੂੰ ਘਰ ਦਾ ਕੰਮ ਨਾ ਕਰ, ਤੂੰ ਪੜ੍ਹਿਆ ਕਰ। ਹਾਂਜੀ, ਸਟੱਡੀ ਕਰ, ਤੂੰ ਆਪਣੀ ਕੋਈ ਨਹੀਂ, ਤੂੰ ਟੈਨਸ਼ਨ ਨਾ ਲਿਆ ਕਰ। ਫਿਰ ਵੀਰ ਹੁਣਾਂ ਨਾਲ ਤੁਹਾਡੀ ਮੁਲਾਕਾਤ ਕਦੋਂ ਹੁੰਦੀ ਆ? ਅਸੀਂ ਨਾ ਗੇਮ ਖੇਡਦੀ ਸੀ ਹੁੰਦੇ ਸੀ, ਮੈਂ ਗੇਮ ਖੇਡਦੀ ਹੁੰਦੀ ਸੀ ਅਤੇ ਗੇਮ ਦੇ ਵਿੱਚ ਹੀ ਅਸੀਂ ਮਿਲੇ ਸੀ। ਹਾਂ, ਕਿਉਂਕਿ ਗੇਮ ਦੇ ਵਿੱਚ ਮਿਲੇ ਸੀ, ਇਹਨਾਂ ਦੀ ਵੀ ਸਟੋਰੀ ਥੋੜ੍ਹੀ ਜਿਹੀ ਮੇਰੀ ਤਰ੍ਹਾਂ ਸੀ। ਹਾਂਜੀ, ਇਸ ਕਰਕੇ ਫਿਰ ਆਪਾਂ ਇੱਕ ਦੂਜੇ ਨਾਲ ਆਪਣੇ ਦੁੱਖ ਸਾਂਝੇ ਕਰਦੇ ਹੁੰਦੇ ਸੀ। ਫਿਰ ਵੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਕਿ ਕੋਈ ਤਾਂ ਮੇਰੀ ਗੱਲ ਸੁਣਨ ਵਾਲਾ ਹੈ, ਕੋਈ ਹੈ ਜਿਹਦੇ ਨਾਲ ਮੈਂ ਆਪਣੀ ਗੱਲ ਸ਼ੇਅਰ ਕਰ ਸਕਦੀ ਹਾਂ। ਫਿਰ ਇਹਦੀ ਆਪਾਂ ਲਗਾਤਾਰ ਗੇਮ ਖੇਡਦੇ ਗਏ। ਤੁਹਾਡੀ ਕੀ ਸਟੋਰੀ ਹੁੰਦੀ ਆ? ਤੁਹਾਡੀ ਜਿੱਦਾਂ ਭੈਣ ਹੁਣੇ ਦੱਸਦੇ ਕਿ ਤੁਹਾਡੇ ਵੀ ਸੇਮ ਉੱਦਾਂ ਦੇ ਹਾਲਾਤ ਹੁੰਦੇ ਆ? ਮੈਂ ਬਚਪਨ ਤੋਂ ਹੀ ਥੋੜ੍ਹਾ ਜਿਹਾ ਮਿਹਨਤੀ ਸੀਗਾ, ਸਟੱਡੀ ਦੇ ਨਾਲ ਨਾਲ ਮੈਂ ਕੰਮ ਕਰਦਾ ਰਹਿੰਦਾ, ਛੁੱਟੀਆਂ ਮਿਲਦੀਆਂ ਤਾਂ ਮੈਂ ਨਾਲ ਸਾਡੇ ਪਿੰਡ ਦੇ ਲਾਗੇ ਫੈਕਟਰੀ ਹੈਗੀ ਅਤੇ ਮੈਂ ਉੱਥੇ ਡੈਡੀ ਉਹਨਾਂ ਨਾਲ ਕੰਮ ਕਰਨ ਜਾਂਦਾ ਸੀ। ਜਦੋਂ ਉੱਦਾਂ ਮਤਲਬ ਹਫ਼ਤੇ 'ਚ ਇੱਕ ਦੋ ਛੁੱਟੀਆਂ ਹੁੰਦੀਆਂ ਤਾਂ ਵੀ ਮੈਂ ਦਿਹਾੜੀ ਦੂੜੀ ਚੱਲ ਜਾਂਦਾ ਸੀਗਾ, ਕਿਉਂਕਿ ਘਰੇ ਗਰੀਬੀ ਬਹੁਤ ਸੀਗੀ। ਫਿਰ ਜਦੋਂ ਤੁਸੀਂ ਆਪਸ 'ਚ ਗੱਲਬਾਤ ਕਰਦੇ, ਫਿਰ ਇੱਕ ਦੂਜੇ ਨਾਲ ਇਹ ਸਾਰੀਆਂ ਗੱਲਾਂ ਸ਼ੇਅਰ ਕਰਦੇ ਹੋ ਪਹਿਲਾਂ? ਹਾਂਜੀ ਹਾਂਜੀ, ਸ਼ੇਅਰ ਕਰਦੇ ਹਾਂ। ਅਸੀਂ ਤਕਰੀਬਨ 2018 ਦੇ ਵਿੱਚ ਮਿਲੇ ਸੀਗੇ ਅਤੇ 2019 ਤੱਕ ਮਤਲਬ ਥੋੜ੍ਹੀ ਬਹੁਤ ਗੇਮ ਦੇ ਵਿੱਚ ਹੀ ਗੱਲਬਾਤ ਹੁੰਦੀ ਸੀਗੀ, ਕੋਈ ਇੱਦਾਂ ਇਹਨਾਂ ਨੂੰ ਮੈਂ ਦੇਖਿਆ ਨਹੀਂ ਸੀਗਾ, ਨਾ ਕੋਈ ਮੋਬਾਈਲ ਨੰਬਰ ਨਾ ਕੁਛ ਹੋਰ। ਅਤੇ ਫਿਰ ਅਸੀਂ ਨਾ 2020 ਦੇ ਵਿੱਚ ਸਾਡੀ ਥੋੜ੍ਹੀ ਜਿਹੀ ਗੱਲਬਾਤ ਸਟਾਰਟਿੰਗ ਹੁੰਦੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ, ਇੰਸਟਾਗ੍ਰਾਮ 'ਤੇ ਅਸੀਂ ਥੋੜ੍ਹੀ ਥੋੜ੍ਹੀ ਉੱਥੇ ਗੱਲ ਕਰਨ ਲੱਗ ਗਏ। ਅਤੇ ਇਹਨਾਂ ਨੂੰ ਮੈਂ ਫਸਟ ਟਾਈਮ 2020 ਦੇ ਐਂਡ 'ਚ ਦੇਖਿਆ ਸੀਗਾ,
ਫਸਟ ਟਾਈਮ ਇੰਨਾ ਚਿਰ ਕਦੀ ਫੋਟੋ ਵੀ ਨਹੀਂ ਦੇਖੀ ਨਹੀਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਅਸੀਂ ਅੱਛਾ ਐਂ ਹੀ ਗੱਲ ਕਰਦੇ ਸੀਗੇ ਐਂ ਹੀ ਗੱਲ ਕਰਦੇ ਸੀ ਤੇ ਅਸੀਂ ਚੰਡੀਗੜ੍ਹ ਮੋਹਾਲੀ 43 ਸੈਕਟਰ ਜਿਹੜਾ ਬੱਸ ਸਟੈਂਡ ਉੱਥੇ ਇੱਕ ਦੂਜੇ ਨੂੰ ਬੈਠ ਕੇ ਵਾਪਸ ਚੱਲ ਗਏ ਸੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਗੱਲਾਂ ਬਾਤਾਂ ਹੋਣ ਲੱਗੀਆਂ ਇਹਨਾਂ ਨੇ ਆਪਣੇ ਘਰ ਵੀ ਗੱਲ ਕੀਤੀ ਮੈਂ ਵੀ ਮੇਰੇ ਤਾਂ ਮੈਂ ਦੱਸ ਹੀ ਦਿੱਤਾ ਸੀਗਾ ਚਲੋ ਮੇਰੇ ਤਾਂ ਮੰਨ ਹੀ ਗਿਆ ਸੀ ਘਰੇ ਇਹਨਾਂ ਦੇ ਥੋੜ੍ਹਾ ਜਿਹਾ ਲੇਟ ਮੰਨੇ ਨੇਗੇ ਅੱਛਾ ਜਦੋਂ ਜਿੱਦਾਂ ਇਹਨਾਂ ਨੇ ਦੱਸਿਆ ਵੀ ਕਿੰਨਾ ਚਿਰ ਗੱਲ ਐਂ ਹੀ ਹੁੰਦੀ ਰਹੀ ਹੈ ਨਾ ਸਾਰੀਆਂ ਗੱਲਾਂ ਸਾਰੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਹੋ ਬਿਨਾਂ ਇੱਕ ਦੂਜੇ ਨੂੰ ਦੇਖੇ ਹਾਂਜੀ ਅਸੀਂ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਅਤੇ ਫੋਨ 'ਤੇ ਵੀ ਨਹੀਂ ਗੱਲ ਕਰਦੇ ਹੁੰਦੇ ਸੀ ਹੈ ਨਾ ਅਤੇ ਆਪਾਂ ਬਸ ਮੈਸੇਜ ਹੀ ਕਰਦੇ ਹੁੰਦੇ ਸੀ ਇੱਕ ਦੂਜੇ ਨੂੰ ਹੈ ਨਾ ਗੇਮ ਦੇ ਵਿੱਚ ਆਪਾਂ ਜਿਹੜੀ ਗੇਮ ਖੇਡਦੇ ਸੀ ਗੇਮ ਦੇ ਵਿੱਚ ਗੱਲ ਹੋ ਜਾਂਦੀ ਹੁੰਦੀ ਸੀ ਪਰ ਫਿਰ ਵੀ ਨਾ ਆਪਣਾ ਦੁੱਖ ਸੁੱਖ ਸਾਂਝਾ ਕਰਕੇ ਵਧੀਆ ਲੱਗਦਾ ਹੁੰਦਾ ਸੀ ਕਿਉਂਕਿ ਜਿਸ ਕੰਡੀਸ਼ਨ 'ਚੋਂ ਮੈਂ ਸਫ਼ਰ ਕਰ ਰਹੀ ਸੀ ਸੇਮ ਉਹੀ ਕੰਡੀਸ਼ਨ ਇਹਨਾਂ ਦੀ ਸੀ ਅਤੇ ਇਸ ਕਰਕੇ ਨਾ ਕਿ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਸਾਨੂੰ ਆਪਸ ਦੇ ਵਿੱਚ ਗੱਲ ਕਰਕੇ ਕਿ ਕੋਈ ਦੁੱਖ ਸੁਣਨ ਵਾਲਾ ਹੈ ਮੈਂ ਇਹਨਾਂ ਦਾ ਦੁੱਖ ਸੁਣਦੀ ਸੀ ਇਹ ਮੇਰਾ ਦੁੱਖ ਸੁਣਦੀ ਸੀ ਫੇਸ ਕਰਕੇ ਆਪਾਂ ਦੇਖਿਆ ਵੀ ਨਹੀਂ ਸੀ ਇਹਨਾਂ ਨੂੰ ਅਤੇ ਨਾ ਇਹਨਾਂ ਨੇ ਮੈਨੂੰ ਦੇਖਿਆ ਸੀ ਫਿਰ ਆਪਾਂ ਕਾਫੀ ਟਾਈਮ ਬਾਅਦ ਗੱਲ ਕੀਤੀ ਉਹ ਤੋਂ ਬਾਅਦ ਇੱਕ ਦੂਜੇ ਨੂੰ ਦੇਖਿਆ ਸੀ ਅਤੇ ਫਸਟ ਟਾਈਮ ਫਿਰ ਜਦੋਂ ਇਹ ਮੈਨੂੰ ਮਿਲੇ ਸੀ ਫਿਰ ਮੈਂ ਇਹਨਾਂ ਨੂੰ ਮਿਲੀ ਸੀ ਉਦੋਂ ਵੀ ਸਾਨੂੰ ਕਾਫੀ ਜ਼ਿਆਦਾ ਡਰ ਲੱਗਦਾ ਸੀ ਸਾਹਮਣੇ ਸੀ ਕੋਈ ਗੱਲ ਨਹੀਂ ਕੀਤੀ ਇਹ ਵਿਚਾਰੇ ਆਏ ਮਾੜਾ ਜਿਹਾ ਬੁਲਾਇਆ ਫਿਰ ਨਾਲ ਹੀ ਇਹ ਚਲੇ ਗਏ ਸੀ ਅੱਛਾ ਹਾਂਜੀ ਅੱਜ ਦੇ ਟਾਈਮ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹੈ ਨਾ ਫੋਟੋ ਦੇਖਦੇ ਆ ਵੀ ਬੰਦਾ ਕਿੱਦਾਂ ਦਾ ਹੈ ਨਾ ਇਹਨੂੰ ਲਾਉਣਾ ਪਾਉਣਾ ਆਉਂਦਾ ਆ ਸੋਹਣਾ ਆ ਕਿ ਨਹੀਂ ਸੋਹਣਾ ਸੁਨੱਖਾ ਫਿਰ ਹੀ ਅੱਗੇ ਗੱਲ ਕਰਾਂਗੇ ਹੈ ਨਾ ਤੁਸੀਂ ਗੱਲ ਕਰਦੇ ਸੀ ਕਦੀ ਇੱਕ ਵਾਰੀ ਇੱਕ ਦੂਜੇ ਨੂੰ ਇਹ ਤੱਕ ਨਹੀਂ ਕਿਹਾ ਵੀ ਫੋਟੋ ਭੇਜੋ ਵੀ ਮੈਂ ਤੁਹਾਨੂੰ ਦੇਖਣਾ ਤੁਸੀਂ ਕਿਵੇਂ ਦੇ ਲੱਗਦੇ ਨਹੀਂ ਨਹੀਂ ਆਪਾਂ ਨਹੀਂ ਇੱਦਾਂ ਕਰਦੇ ਸੀ ਆਪਾਂ ਬਾਅਦ ਵਿੱਚ ਫੋਟੋ ਭੇਜੀ ਸੀ ਸਾਨੂੰ ਇਹ ਨਹੀਂ ਕਿ ਤੁਸੀਂ ਇੱਦਾਂ ਕਰਦੇ ਆ ਨਹੀਂ ਪਾਉਣਾ ਇਹਨਾਂ ਨੇ ਮੈਨੂੰ ਅੱਜ ਤੱਕ ਕਦੀ ਨਹੀਂ ਰੋਕਿਆ ਕਿ ਆਹ ਵਾਲੀ ਡਰੈਸ ਨਹੀਂ ਪਾਉਣੀ ਇਹ ਨਹੀਂ ਪਾਉਣਾ ਆ ਨਹੀਂ ਪਾਉਣਾ ਅਜੇ ਕਿ ਨਾ ਮੈਨੂੰ ਕੋਈ ਚੀਜ਼ ਇੰਨੀ ਜਲਦੀ ਪਸੰਦ ਨਹੀਂ ਆਉਂਦੀ ਜੇ ਮੈਂ ਕੁਛ ਵੀ ਲੈਣਾ ਹੋਵੇ ਕੱਪੜੇ ਵੀ ਲੈਣੇ ਵੀ ਸਾਰਾ ਕੁਛ ਇਹੀ ਪਸੰਦ ਕਰਦੇ ਆ ਮੈਨੂੰ ਜਲਦੀ ਚੀਜ਼ ਪਸੰਦ ਨਹੀਂ ਆਉਂਦੀ ਨਾ ਇਹਨਾਂ ਨੂੰ ਮੈਂ ਕਦੀ ਕਿਹਾ ਸੀ ਤੁਸੀਂ ਇਹ ਪਾਓ ਉਹ ਪਾਓ ਇਹਨਾਂ ਨੇ ਵੀ ਮੈਨੂੰ ਕਦੀ ਨਹੀਂ ਰੋਕਿਆ ਕਿ ਇੱਦਾਂ ਨਹੀਂ ਕਰਨਾ ਇਹ ਨਹੀਂ ਕਰਨਾ ਮਤਲਬ ਫੁੱਲ ਸਪੋਰਟ ਕਰਦੇ ਸੀ ਵਧੀਆ ਅੱਛਾ ਫਿਰ ਗੱਲਬਾਤ ਹੁੰਦੀ ਹੈ ਹੈ ਨਾ ਤੁਹਾਡੀ ਅਤੇ ਫਿਰ ਸਭ ਤੋਂ ਪਹਿਲਾਂ ਮੈਰਿਜ ਦਾ ਪ੍ਰਪੋਜ਼ਲ ਕੌਣ ਦਿੰਦਾ ਆ ਇਹਨਾਂ ਨੇ ਬੋਲਿਆ ਸੀ ਕਿ ਅਸੀਂ ਮੈਰਿਜ ਹੀ ਕਰਵਾਵਾਂਗੇ ਇਹਨਾਂ ਨੇ ਸ਼ੁਰੂ 'ਚ ਹੀ ਕਹਿਤਾ ਸੀ ਮੈਨੂੰ ਗੱਲ ਹੋਣ ਤੋਂ ਬਿਲਕੁਲ ਮਤਲਬ ਬਿਲਕੁਲ ਸਟਾਰਟਿੰਗ ਦੇ ਵਿੱਚ ਕਹਿਤਾ ਹਾਂਜੀ ਕਿ ਆਪਾਂ ਗੱਲ ਕਰਨੀ ਅਤੇ ਮੈਰਿਜ ਹੀ ਕਰਵਾਉਣੀ ਆ ਹਾਂਜੀ ਕਿ ਇਹਨਾਂ ਨੇ ਕਿਹਾ ਸੀ ਕਿ ਮੈਂ ਇੱਦਾਂ ਨਹੀਂ ਗੱਲ ਕਰਨੀ ਕਿ ਮੈਰਿਜ ਹੀ ਕਰਵਾਉਣੀ ਆ ਅਤੇ ਫਿਰ ਹੌਲੀ ਹੌਲੀ ਆਪਾਂ ਗੱਲ ਕਰਦੇ ਗਏ ਅਤੇ ਫਿਰ ਮੈਂ ਘਰ ਗੱਲ ਕੀਤੀ ਸੀ ਥੋੜ੍ਹੀ ਸਟਾਰਟਿੰਗ 'ਚ ਪ੍ਰੋਬਲਮ ਜਿਹੀ ਸੀ ਕਿਉਂਕਿ ਮੈਨੂੰ ਉਮੀਦ ਸੀ ਕਿ ਕੋਈ ਮੇਰੇ ਨਾਲ ਖੜੂਗਾ ਜਿਨ੍ਹਾਂ ਤੋਂ ਮੈਨੂੰ ਉਮੀਦ ਸੀ ਉਹ ਬਿਲਕੁਲ ਨਹੀਂ ਖੜਿਆ ਅਤੇ ਸਭ ਤੋਂ ਜ਼ਿਆਦਾ ਸਾਥ ਮੇਰੇ ਮਾਮਾ ਮਾਮੀ ਜੀ ਹੁਣਾਂ ਨੇ ਦਿੱਤਾ ਹਾਂ ਉਹ ਬਹੁਤ ਜ਼ਿਆਦਾ ਮੇਰਾ ਕਰਦੇ ਜਿਹੜੇ ਮੇਰੇ ਪਹਿਲੇ ਮਾਮਾ ਜੀ ਮਾਮੀ ਆ ਪਹਿਲੇ ਮਦਰ ਦੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਮੈਂ ਇੱਕ ਵਾਰੀ ਉਹਨਾਂ ਨਾਲ ਗੱਲ ਕੀਤੀ ਸੀ ਇਹਨਾਂ ਬਾਰੇ ਦੱਸਿਆ ਸੀ ਫੋਟੋ ਭੇਜੀ ਸੀ ਉਹ ਕਹਿੰਦੇ ਵਧੀਆ ਉਹਨਾਂ ਨੇ ਮੈਨੂੰ ਕੁਛ ਨਹੀਂ ਬੋਲਿਆ ਕਿ ਤੂੰ ਆਪ ਲੱਭ ਲੈਂਦਾ ਕੁਛ ਵੀ ਨਹੀਂ ਬੋਲਿਆ ਉਹਨਾਂ ਨੇ ਮੇਰੀ ਮੈਰਿਜ ਦਾ ਸਾਰਾ ਕੁਛ ਉਹਨਾਂ ਨੇ ਕੀਤਾ ਮੇਰੇ ਮਾਮਾ ਮਾਮੀ ਜੀ ਉਹਨਾਂ ਨੇ ਅਤੇ ਇੱਥੋਂ ਤੱਕ ਕਿ ਜਦੋਂ ਨਾ ਉਹ ਈਜ਼ਲੀ ਮੰਨ ਗਏ ਸੀ ਉਹਨਾਂ ਨੇ ਕਿ ਉਹਨਾਂ ਨੇ ਗੱਲ ਕੀਤੀ ਸੀ ਅਤੇ ਜਦੋਂ ਮੈਰਿਜ ਦੀ ਗੱਲ ਹੋਈ ਸੀ ਇਹਨਾਂ ਨੇ ਕਹਿਤਾ ਸੀ ਕਿ ਤੁਸੀਂ ਆ ਜਾਓ ਕੋਈ ਨਹੀਂ ਤੁਸੀਂ ਜੇ ਕੁਛ ਪਤਾ ਵੀ ਕਰਨਾ ਮੇਰੇ ਬਾਰੇ ਆ ਕੇ ਇੱਥੇ ਆ ਕੇ ਪਤਾ ਕਰ ਲਓ ਫਿਰ ਉਹਨਾਂ ਨੂੰ ਮੇਰੇ 'ਤੇ ਇੰਨਾ ਯਕੀਨ ਸੀ ਮੇਰੇ ਮਾਮਾ ਜੀ ਉਹਨਾਂ ਨੇ ਕਹਿੰਦੇ ਕਿ ਜੋ ਕੀਤਾ ਇਹਨੇ ਸਹੀ ਕੀਤਾ ਹੋਣਾ ਫਿਰ ਉਹਨਾਂ ਨੇ ਮੇਰੇ 'ਤੇ ਯਕੀਨ ਕਰਕੇ ਫਿਰ ਮੈਰਿਜ ਦੀ ਗੱਲ ਕੀਤੀ ਸੀ ਉਦੋਂ ਲੋਕਡਾਊਨ ਚੱਲਦਾ ਪਿਆ ਸੀ ਅਤੇ ਮੈਰਿਜ ਵੀ ਸਾਡੀ ਮਤਲਬ ਹਫ਼ਤੇ ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋ ਗਿਆ ਸੀ ਜਦੋਂ ਮੈਂ ਗੱਲ ਕਰਦੇ ਫਿਰ ਹਫ਼ਤੇ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਗਿਆ ਹਾਂਜੀ ਹਫ਼ਤੇ ਦੇ ਵਿੱਚ ਹੀ ਸਾਰਾ ਕੁਛ ਸਾਡਾ ਹੋ ਗਿਆ ਸੀ ਅਤੇ ਇੱਥੋਂ ਤੱਕ ਕਿ ਹੈ ਨਾ ਮੇਰੇ ਮਾਮਾ ਜੀ ਹੁਣਾਂ ਨੇ ਸਾਰਾ ਖਰਚਾ ਕੀਤਾ ਸੀ ਉਹਨਾਂ ਨੇ ਕਿਸੇ ਤੋਂ ਕੁਛ ਵੀ ਮੰਗਿਆ ਨਹੀਂ ਸੀ ਅਤੇ ਜਦੋਂ ਮਾਮਾ ਜੀ ਹੁਣੇ ਮੇਰੀ ਮੈਰਿਜ 'ਤੇ ਖਰਚਾ ਕਰ ਰਹੇ ਸੀ ਜਦੋਂ ਉਹਨਾਂ ਨੇ ਪੈਲਸ ਬੁੱਕ ਕੀਤਾ ਇੱਧਰ ਦੇ ਕਈ ਰਿਸ਼ਤੇਦਾਰ ਸੀ ਨਾ ਆ ਕੇ ਮੇਰੇ ਮਾਮਾ ਜੀ ਮਾਮੀ ਹੁਣਾਂ ਨੂੰ ਬੋਲ ਰਹੇ ਸੀ ਤੁਸੀਂ ਐਡਾ ਖਰਚਾ ਕਿਉਂ ਕਰ ਰਹੇ ਹੋ ਤੁਸੀਂ ਪੈਲਸ ਬੁੱਕ ਕਰਤਾ ਕਿਤੋਂ ਪੁੱਛ ਕੇ ਕੀਤਾ ਇੱਦਾਂ ਕਿਉਂ ਕੀਤਾ ਵਿੱਚ ਕਈ ਹਿੰਦੇ ਨਾ ਰਿਸ਼ਤੇਦਾਰ ਫਿਰ ਵੀ ਬੋਲੀ ਜਾ ਰਹੇ ਸੀ ਪਰ ਉਹਨਾਂ ਨੇ ਮੈਨੂੰ ਪੂਰੀ ਸਪੋਰਟ ਕੀਤੀ ਉਹਨਾਂ ਨੇ ਕਿਹਾ ਸਾਡੀ ਕੁੜੀ ਅਸੀਂ ਖਰਚਾ ਕਰਾਂਗੇ ਹੁਣ ਵੀ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਹੈ ਨਾ ਕਿ ਜੋ ਮਾਂ ਦਾ ਫਰਜ਼ ਹੁੰਦਾ ਹੈ ਨਾ ਸਹੁਰੇ ਹਾਂਜੀ ਪੂਰੇ ਮੇਰੀ ਮਾਮੀ ਜੀ ਨਿਭਾ ਰਹੇ ਹਨ ਹੁਣ ਅਸੀਂ ਜਾਣਦੇ ਹਾਂ ਇਹਨਾਂ ਦਾ ਵੀ ਇੰਨਾ ਆਦਰ ਸਤਿਕਾਰ ਕਰਦੇ ਹੈ ਨਾ ਪੂਰਾ ਮਾਂ ਵਾਲਾ ਫਰਜ਼ ਨਿਭਾ ਰਹੇ ਆ ਮੇਰੇ ਮਾਮਾ ਮਾਮੀ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਨੂੰ ਅਤੇ ਕਿਸੇ ਚੀਜ਼ ਦੀ ਵੀ ਕਮੀ ਨਹੀਂ ਹੋਣ ਦਿੰਦੀ ਜਦੋਂ ਮੈਨੂੰ ਜ਼ਰੂਰਤ ਸੀ ਮੇਰੇ ਮਾੜੇ ਟਾਈਮ ਦੇ ਵਿੱਚ ਉਹ ਖੜ੍ਹੇ ਮੈਨੂੰ ਦੇਖਿਆ ਹੁਣ ਤੱਕ ਵੀ ਦੇਖਦੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੋਣ ਦਿੰਦੇ ਅੱਛਾ ਫਿਰ ਤੁਹਾਡੇ ਜਿਹੜੇ ਅਸਲੀ ਫਾਦਰ ਸਾਹਿਬ ਸੀਗੇ ਅਤੇ ਜਿਹੜੇ ਤੁਹਾਡੇ ਮਦਰ ਸੀ ਸਟੈਪ ਮਦਰ ਸੀਗੇ ਉਹਨਾਂ ਨੇ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਦਿੱਤਾ ਉਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ ਤੁਹਾਨੂੰ
ਗੱਲ ਤਾਂ ਕੀਤੀ ਸੀ ਮੰਮਾ ਮਾਮੀ ਜੀ ਹੋਣਾ ਨੇ ਅਤੇ ਫਿਰ ਸ਼ੁਰੂ ਦੇ ਵਿੱਚ ਤਾਂ ਮੰਨ ਗਏ ਸੀ, ਬਾਅਦ 'ਚ ਪ੍ਰੋਬਲਮ ਆਈ ਸੀ। ਫਿਰ ਜਦੋਂ ਸਾਰਾ ਕੁਛ ਹੋ ਗਿਆ ਸੀ ਫਿਰ ਸਾਰੇ ਕਹਿ ਰਹੇ ਸੀ ਬਹੁਤ ਵਧੀਆ ਕਰ ਲਿਆ, ਮੈਰਿਜ ਹੋ ਗਈ, ਬਹੁਤ ਜ਼ਿਆਦਾ ਵਧੀਆ ਮੁੰਡਾ ਲੱਭਿਆ। ਬਾਅਦ ਵਿੱਚ ਸਾਰੇ ਕਹਿ ਰਹੇ ਸੀ, ਪਰ ਜਦੋਂ ਮੈਨੂੰ ਜ਼ਰੂਰਤ ਸੀ ਉਦੋਂ ਮੇਰੇ ਮਾਮਾ ਅਤੇ ਮਾਮਾ ਜੀ ਉਹਨਾਂ ਨੇ ਮੇਰੀ ਸਪੋਰਟ ਕੀਤੀ ਸੀ, ਕਿਉਂਕਿ ਜਿਹੜਾ ਬੰਦਾ ਤੁਹਾਡੇ ਮਾੜੇ ਟਾਈਮ ਦੇ ਵਿੱਚ ਵੀ ਖੜ ਗਿਆ ਨਾ ਤਾਂ ਉਹ ਹੀ ਹੁੰਦਾ, ਕਿਉਂਕਿ ਜੇ ਜੋ ਤੁਹਾਡਾ ਚੰਗਾ ਟਾਈਮ ਆਉਣ ਲੱਗ ਜਾਂਦਾ ਫਿਰ ਤਾਂ ਸਾਰੇ ਕਹਿਣ ਲੱਗ ਪੈਂਦੇ ਇਹ ਬਹੁਤ ਵਧੀਆ ਕੀਤਾ, ਸਾਰਾ ਕੁਛ ਵਧੀਆ ਕੀਤਾ। ਮੇਨ ਤਾਂ ਬੰਦਾ ਉਹੀ ਯਾਦ ਰਹਿੰਦਾ ਹੁੰਦਾ ਕਿ ਜਿਹਨੇ ਤੁਹਾਡੇ ਮਾੜੇ ਟਾਈਮ ਦੇ ਵਿੱਚ ਦੇਖਿਆ ਹੋਵੇ। ਹਾਂ, ਇਸ ਕਰਕੇ ਨਾ ਵਿਆਹ 'ਤੇ ਆਉਂਦੇ ਨੇ ਫਾਦਰ ਸਾਹਿਬ ਉੱਦਾਂ? ਨਹੀਂ, ਵਿਆਹ 'ਤੇ ਵੀ ਨਹੀਂ ਆਉਂਦੇ? ਨਹੀਂ, ਪਾਪਾ ਨਹੀਂ ਆਏ ਸੀ। ਕੋਈ ਵੀ ਨਹੀਂ ਆਉਂਦਾ ਫੈਮਿਲੀ 'ਚੋਂ? ਨਹੀਂ, ਬਾਕੀ ਮੇਰੇ ਜਿਹੜੇ ਕਜ਼ਨ ਸੀ, ਚਾਚਾ ਜੀ ਸੀ, ਬਾਕੀ ਜਿਹੜੇ ਸਾਰੇ ਫੈਮਿਲੀ ਦੇ ਸੀ ਉਹ ਸਾਰੇ ਆਏ। ਮਦਰ ਫਾਦਰ ਨਹੀਂ ਹੁੰਦੇ? ਹਾਂਜੀ, ਬਾਕੀ ਸਾਰੇ ਜਾਣੇ ਆਏ ਸੀ। ਇੱਥੋਂ ਤੱਕ ਕਿ ਉਦੋਂ ਲੋਕਡਾਊਨ ਸੀ, ਕੋਈ ਹੈ ਨਾ ਟਰੈਵਲਿੰਗ ਵੀ ਨਹੀਂ ਹੋ ਰਹੀ ਸੀ, ਅਤੇ ਮੇਰੇ ਚਾਚਾ ਜੀ ਸਪੈਸ਼ਲ ਹੈ ਨਾ ਸਕੂਟਰੀ 'ਤੇ ਆਏ ਸੀ ਹਿਮਾਚਲ ਤੋਂ ਮੈਰਿਜ 'ਤੇ। ਉਹ ਸਪੈਸ਼ਲੀ ਸਕੂਟਰੀ 'ਤੇ 6-7 ਘੰਟੇ ਦਾ ਸਫ਼ਰ ਕਰਕੇ ਨਾ ਸਕੂਟਰੀ 'ਤੇ ਆਏ ਸੀ ਮੇਰੀ ਮੈਰਿਜ ਕਰਕੇ। ਬਾਕੀ ਫੈਮਿਲੀ ਵਾਲੇ ਬਹੁਤ ਜ਼ਿਆਦਾ ਸਪੋਰਟਿਵ ਸੀ, ਮੇਰੇ ਕਜ਼ਨ, ਚਾਚਾ ਜੀ ਹੁਣੇ, ਮੇਰੇ ਤਾਇਆ ਜੀ ਹੁਣੇ, ਤਾਇਆ ਤਾਈ ਨਾ ਜਿਹੜੇ ਆਪਾਂ ਉਹਨਾਂ ਨੂੰ ਮੰਮੀ ਡੈਡੀ ਬੋਲਦੇ ਹਾਂ, ਹਾਂਜੀ, ਉਹਨਾਂ ਨੇ ਵੀ ਮੇਰੀ ਸਾਰਿਆਂ ਨੇ ਸਪੋਰਟ ਕੀਤੀ ਸੀ। ਬਾਕੀਆਂ ਨੇ, ਫੈਮਿਲੀ ਵਾਲਿਆਂ ਨੇ, ਉਹ ਮਾੜੇ ਟਾਈਮ ਦੇ ਵਿੱਚ ਮੇਰੇ ਖੜ੍ਹੇ ਸੀ। ਅੱਛਾ, ਵੀਰੇ ਤੁਹਾਡੀ ਫੈਮਿਲੀ ਮੰਨ ਗਈ ਸੀ ਈਜ਼ਲੀ? ਹਾਂਜੀ, ਮੰਨ ਗਈ ਸੀ। ਮੈਂ ਘਰ ਗੱਲ ਕੀਤੀ ਮੰਮੀ ਡੈਡੀ ਉਹਨਾਂ ਨਾਲ ਅਤੇ ਉਹਨਾਂ ਨੇ ਹਾਂ ਕਰਤੀ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਾਮਾ ਮਾਮੀ ਉਹਨਾਂ ਨਾਲ ਗੱਲ ਕੀਤੀ, ਅਤੇ ਮਾਮਾ ਮਾਮੀ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਸਾਨੂੰ ਮੁੰਡਾ ਪਸੰਦ ਹੈਗਾ, ਅਤੇ ਮੰਮੀ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਮਾਮੇ ਉਹਨਾਂ ਨੂੰ ਵੀ ਤੁਸੀਂ ਆ ਕੇ ਦੇਖ ਜਾਓ, ਕਿਉਂਕਿ ਇੱਕ ਤਾਂ ਦੂਰ ਬਹੁਤ ਸੀਗਾ, ਨੇੜੇ ਹੁੰਦਾ ਬੰਦੇ ਨੂੰ ਪਤਾ ਹੁੰਦਾ ਨਾ ਇੱਕ ਦੂਜੇ ਤੋਂ ਪਤਾ ਲੈ ਲੈਂਦੇ ਵੀ ਕਿੱਦਾਂ ਦਾ ਪਰਿਵਾਰ ਆ, ਪਿੰਡ ਵਿੱਚ ਕੀ ਆ, ਕੁਛ ਖਾਂਦਾ ਪੀਂਦਾ ਤਾਂ ਨਹੀਂ, ਮੇਨ ਤਾਂ ਇਹੀ ਹੁੰਦਾ ਗਾ। ਅਤੇ ਫਿਲਹਾਲ ਇੱਦਾਂ ਦਾ ਕੁਛ ਨਹੀਂ ਸੀਗਾ, ਮੰਮੀ ਉਹਨਾਂ ਨੇ ਵੀ ਕਿਹਾ ਸੀ ਵੀ ਚਲੋ ਇੱਕ ਵਾਰ ਤੁਸੀਂ ਆਓ, ਉਹ ਆਏ ਨਹੀਂ ਹੈਗੇ। ਚਲੋ ਉਹਨਾਂ ਨੂੰ ਇਹਨਾਂ 'ਤੇ ਵਿਸ਼ਵਾਸ ਸੀਗਾ ਵੀ ਕੁੜੀ ਨੇ ਮੁੰਡਾ ਸਹੀ ਲੱਭਿਆ ਹੋਣਾ ਗਾ, ਅਤੇ ਉਹਨਾਂ ਨੇ ਬਿਨਾਂ ਆਏ ਉਹਨਾਂ ਨੇ ਐਡਾ ਵੱਡਾ ਮਤਲਬ ਯਕੀਨ ਕੀਤਾ ਸਾਡੇ 'ਤੇ ਵੀ ਇਹਨਾਂ 'ਤੇ ਵੀ ਯਕੀਨ, ਗੱਲ ਮੇਨ ਯਕੀਨ ਦੀ ਹੁੰਦੀ ਹੈ ਨਾ, ਅਤੇ ਉਹ ਯਕੀਨ ਦੇ ਕਾਰਨ ਹੀ ਅੱਜ ਅਸੀਂ ਇਕੱਠੇ ਬੈਠੇ, ਸਾਡੀ ਮੈਰਿਜ ਹੋ ਗਈ। ਅਤੇ ਮੈਂ ਤਾਂ ਰੱਬ ਦਾ ਸ਼ੁਕਰ ਹੀ ਕਰਦਾ ਵੀ ਸਾਨੂੰ ਵਧੀਆ ਰੱਬ ਨੇ ਮਿਲਾ ਤਾ, ਜੇ ਨਾ ਇਹ ਹੁੰਦੇ ਤਾਂ ਅੱਜ ਅਸੀਂ, ਮੇਰੇ ਵੀ ਹਾਲਾਤ ਇਹ ਨਹੀਂ ਹੋਣੇ ਸੀ, ਨਾ ਮੇਰੇ ਘਰ ਦੇ ਹਾਲਾਤ ਵਧੀਆ ਹੋਣੇ ਸੀ। ਇਹਨਾਂ ਦੇ ਆਉਣ ਨਾਲ ਮੇਰੇ ਘਰ ਦੇ ਹਾਲਾਤ ਵੀ ਬਹੁਤ ਚੇਂਜ ਹੋਏ ਆ, ਜਿਹੜੀ ਚੀਜ਼ਾਂ ਦੀ ਮੈਨੂੰ ਕਮੀ ਰਹਿੰਦੀ ਸੀ ਉਹ ਚੀਜ਼ਾਂ ਵੀ ਮੈਨੂੰ ਅੱਜ ਦੀ ਟਾਈਮ ਦੇ ਵਿੱਚ ਮਿਲਦੀਆਂ ਨੇ। ਲੱਕੀ ਮੰਨਦੇ ਹੋ ਫਿਰ? ਬਹੁਤ ਜ਼ਿਆਦਾ ਲੱਕੀ, ਲੱਕੀ ਤੋਂ ਵੀ ਲੱਕੀ। ਅੱਛਾ, ਵੀ ਕਿੰਨੇ ਕੁ ਟਾਈਮ 'ਚ ਵਿਆਹ ਹੋ ਜਾਂਦਾ ਤੁਹਾਡਾ ਜਦੋਂ ਗੱਲ ਸ਼ੁਰੂ ਹੁੰਦੀ ਉਸ ਤੋਂ ਬਾਅਦ? ਪਹਿਲਾਂ ਤਾਂ ਇਹ 2 ਸਾਲ ਮੰਨੇ ਹੀ ਨਹੀਂ ਹੈਗੇ, ਬਸ ਥੋੜ੍ਹੀ ਬਹੁਤ ਗੱਲ ਕਰਨੀ ਇਹਨਾਂ ਨੇ, ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਵਿਆਹ ਹੀ ਕਰਾਉਣਾ ਗਾ, ਅਤੇ ਇਹ ਮੰਨੇ ਨਹੀਂ। ਅਤੇ ਫਿਰ 2020 ਦੇ ਵਿੱਚ ਇਹਨਾਂ ਦੇ ਬਰਥਡੇ ਤੋਂ ਪਹਿਲਾਂ ਨਾ, ਮੈਂ 2 ਦਿਨ ਪਹਿਲਾਂ ਇਹਨਾਂ ਨੂੰ ਮੈਂ ਬਰਥਡੇ ਵਿਸ਼ ਕਰਤਾ ਸੀਗਾ, ਇਹਨਾਂ ਦਾ 1 ਅਕਤੂਬਰ ਦਾ ਜਨਮ ਦਿਨ ਆ ਮੇਰਾ 11 ਦਾ, ਅਤੇ ਇਹਨਾਂ ਨੂੰ ਮੈਂ 2 ਦਿਨ ਪਹਿਲਾਂ ਵਿਸ਼ ਕੀਤਾ, ਅਤੇ ਇਹਨਾਂ ਨੇ ਮੈਨੂੰ ਥੈਂਕ ਯੂ ਵੀ ਕੀਤਾ। ਥੈਂਕ ਯੂ ਕਰਨ ਤੋਂ ਬਾਅਦ ਫਿਰ ਇਹਨਾਂ ਦੀ ਮੈਨੂੰ ਇੱਕ ਫਰੈਂਡ ਆਈ ਸੀਗੀ ਕੁੜੀ, ਅਤੇ ਉਹਨਾਂ ਨੇ ਇਹਨਾਂ ਨੂੰ ਸਮਝਾਇਆ, ਅਤੇ ਉਹਨਾਂ ਦੇ ਕਹੇ ਤੋਂ ਫਿਰ ਇਹਨਾਂ ਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਥੋੜ੍ਹੀ ਥੋੜ੍ਹੀ, ਤੋ ਉਸ ਤੋਂ ਬਾਅਦ ਫਿਰ ਸਾਡਾ ਰਿਲੇਸ਼ਨ ਜ਼ਿਆਦਾ ਵਧੀਆ ਹੋ ਗਿਆ ਇੱਕ ਦੂਜੇ ਨਾਲ, ਇੱਕ ਦੂਜੇ ਨਾਲ ਕਾਲ ਕਰਨੀ, ਮੈਸੇਜ ਕਰਨੀ, ਇੱਕ ਮਿੰਟ ਨਾਲ ਰਹਿਣਾ ਇੱਕ ਦੂਜੇ ਬਿਨਾਂ, ਡਿਊਟੀ ਵੀ ਜਾਂਦੇ, ਡਿਊਟੀ ਤੋਂ ਆ ਕੇ ਬਸ ਕਾਲ ਲੱਗਿਆ ਰਹਿਣਾ, ਇੱਦਾਂ ਨਹੀਂ ਵੀ ਗੱਲ ਕਰਨੀ ਤਾਂ ਵੀ ਲਾ ਕੇ ਛੱਡ ਦੇਣਾ, ਮਤਲਬ ਇੱਦਾਂ ਦਾ ਰਿਲੇਸ਼ਨ ਮੈਨੂੰ ਲੱਗਦਾ ਕਿਸੇ ਦਾ ਹੋਣਾ ਹੀ ਨਹੀਂ ਜਿੱਦਾਂ ਦਾ ਸਾਡਾ ਸੀਗਾ, ਕਿਉਂਕਿ ਜੇ ਗੱਲ ਵੀ ਨਹੀਂ ਕਰਨੀ ਨਾ ਉੱਦਾਂ ਹੀ ਮਤਲਬ ਪੈਣਾ ਵੀ ਤਾਂ ਵੀ ਅੱਧੀ ਲਾ ਕੇ ਛੱਡ ਦੇਣਾ, ਚੱਲੀ ਜਾਣ ਤੋਂ ਕੋਈ ਚੱਕਰ ਨਹੀਂ, ਫ੍ਰੀ ਹੁੰਦਾ ਸੀਗਾ ਜੀ ਉਹ, ਅਤੇ ਕੰਟੀਨਿਊ ਗੱਲਾਂ ਬਾਤਾਂ ਕਰਦੇ ਰਹਿੰਦੇ ਅਸੀਂ। ਚਲੋ ਹੌਲੀ ਹੌਲੀ ਲਾਸਟ ਜਦੋਂ 31 ਅਗਸਤ ਆ ਗਈ ਫਿਰ ਤਾਂ ਬਿਲਕੁਲ ਕਲੋਜ਼ ਹੀ ਹੈਗੇ ਸੀ ਲੋਕਡਾਊਨ ਦੇ ਵਿੱਚ। ਅੱਛਾ, ਇਹ ਕਹਿੰਦੇ ਵੀ ਤੁਸੀਂ 2 ਸਾਲ ਤਾਂ ਹਾਂ ਹੀ ਨਹੀਂ ਕੀਤੀ, ਵੀ ਕੀ ਮਨ 'ਚ ਚੱਲ ਰਿਹਾ ਸੀਗਾ? ਨਹੀਂ, ਮਨ ਦੇ ਵਿੱਚ ਕੁਛ ਨਹੀਂ, ਵੈਸੇ ਨਾ ਕਿ ਮੈਨੂੰ ਡਰ ਲੱਗਦਾ ਹੁੰਦਾ ਸੀ, ਮੈਂ ਗੱਲ ਨਹੀਂ ਕਰਦੀ ਹੁੰਦੀ ਸੀ, ਅਤੇ ਕਿਉਂਕਿ ਹੈ ਨਾ ਫੇਸ ਜਦੋਂ ਗੱਲ ਕਰਨੀ ਸਟਾਰਟ ਕੀਤੀ ਅਤੇ ਫਿਰ ਕਿਉਂਕਿ ਮੈਂ ਬਿਜ਼ੀ ਹੁੰਦੀ ਸੀ, ਜੋਬ 'ਤੇ ਵੀ ਜਾਂਦੀ ਹੁੰਦੀ ਸੀ, ਫਿਰ ਇੰਨਾ ਟਾਈਮ ਨਹੀਂ ਹੁੰਦਾ ਸੀ। ਫਿਰ ਜਦੋਂ ਮੈਸੇਜ ਕਰਨ ਲੱਗ ਪਏ, ਫਿਰ ਹੌਲੀ ਹੌਲੀ ਗੱਲ ਕਰਨ ਲੱਗ ਪਏ, ਫਿਰ ਹੈ ਨਾ ਉਹ ਤੋਂ ਬਾਅਦ ਫਿਰ ਮੈਨੂੰ ਵਧੀਆ ਲੱਗਣ ਲੱਗ ਪਿਆ ਨਾ, ਫਿਰ ਜੋ ਕਿਉਂਕਿ ਸਾਡੀ ਕੰਡੀਸ਼ਨ ਵੀ ਇੱਕੋ ਜਿਹੀ ਸੀ, ਫਿਰ ਇਸ ਕਰਕੇ ਫਿਰ ਜਦੋਂ ਮੈਨੂੰ ਸੀ ਕਿ ਚਲੋ ਮੇਰਾ ਕੋਈ ਦੁੱਖ ਦਰਦ ਸੁਣਨ ਵਾਲਾ ਹੋਵੇ, ਇਹ ਮੇਰੀ ਸਾਰੀ ਗੱਲ ਸੁਣਦੇ ਸੀ, ਫਿਰ ਇਸ ਕਰਕੇ ਫਿਰ ਹੌਲੀ ਹੌਲੀ ਫਿਰ ਮੈਂ ਗੱਲ ਕਰਨੀ ਸ਼ੁਰੂ ਕਰਤੀ ਸੀ। ਪਹਿਲਾਂ ਹੁੰਦਾ ਡਰ ਜਿਹਾ ਲੱਗਦਾ ਹੁੰਦਾ ਸੀ ਕਿ ਪਤਾ ਨਹੀਂ ਸਹੀ ਗੱਲ ਕਰ ਕਿ ਮੈਂ ਸਹੀ ਇਨਸਾਨ ਹੋਊਗਾ ਜਾਂਦਾ, ਫਿਰ ਹੌਲੀ ਹੌਲੀ ਜਦੋਂ ਆਪਾਂ ਗੱਲ ਕਰਨੀ ਸ਼ੁਰੂ ਕਰਤੀ, ਮਤਲਬ ਫਿਰ ਤਾਂ ਮੈਰਿਜ ਤੱਕ ਹੀ ਗੱਲ ਪਹੁੰਚ ਗਈ ਹੌਲੀ ਹੌਲੀ। ਅੱਛਾ, ਤੁਸੀਂ ਇੱਕ ਗੱਲ ਇਹ ਦੱਸਦੇ ਸੀਗੇ ਕਿ ਮਤਲਬ ਕੰਡੀਸ਼ਨ ਇਹੋ ਜਿਹੀ ਸੀ, ਤੁਸੀਂ ਘਰਦਿਆਂ ਨੂੰ ਕਿਹਾ ਵੀ ਮੇਰਾ ਵਿਆਹ ਹੀ ਕਰ ਦਿਉ ਤੁਸੀਂ? ਹਾਂਜੀ, ਕਿਉਂਕਿ ਉਦੋਂ ਮੇਰੀ ਉਮਰ ਵੀ ਇੰਨੀ ਨਹੀਂ ਸੀ, 23 ਸਾਲ ਦੀ ਉਮਰ ਸੀ, ਕਿਉਂਕਿ ਫਿਰ ਮੈਨੂੰ ਘਰ ਵੀ ਰਹਿਣਾ ਚੰਗਾ ਨਹੀਂ ਲੱਗਦਾ ਹੁੰਦਾ ਸੀ, ਮੈਂ ਬਾਹਰ ਹੀ ਰਹਿੰਦੀ ਸੀ, ਜੋਬ ਕਰਦੀ ਸੀ, ਅਤੇ ਫਿਰ
ਘਰ ਮੈਂ ਜਦੋਂ ਗੱਲ ਕੀਤੀ ਸੀ ਫਿਰ ਮੈਂ ਦੱਸ ਕਿਹਾ ਸੀ ਚਲੋ ਮੇਰੀ ਮੈਰਿਜ ਕਰ ਦਿਉ ਹੈ ਨਾ ਮਤਲਬ ਜਿੰਨੀ ਮੈਂ ਪਹਿਲਾਂ ਤੰਗ ਸੀ ਉਨੀ ਜ਼ਿਆਦਾ ਹੁਣ ਮੈਂ ਖੁਸ਼ ਹਾਂ ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਪੂਰੀ ਸਪੋਰਟ ਕਰਦੇ ਆ ਹਾਂ ਇਸ ਕਰਕੇ ਹੁਣ ਮੈਰਿਜ ਤੋਂ ਬਾਅਦ ਮੈਂ ਖੁਸ਼ ਹਾਂ ਕਾਫੀ ਇਹ ਤਾਂ ਕਹਿੰਦੇ ਮੈਂ ਲੱਕੀ ਤੋਂ ਵੀ ਲੱਕੀ ਹਾਂ ਤਾਂ ਤੁਸੀਂ ਲੱਕੀ ਮਹਿਸੂਸ ਕਰਦੇ ਹਾਂਜੀ ਮੈਂ ਵੀ ਬਹੁਤ ਜ਼ਿਆਦਾ ਲੱਕੀ ਹਾਂ ਕਈ ਵਾਰੀ ਇੱਦਾਂ ਹੁੰਦਾ ਕਿ ਮੈਨੂੰ ਕਈ ਨਾ ਚੀਜ਼ਾਂ ਮੂੰਹੋਂ ਬੋਲ ਕੇ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ ਜੋ ਕਈ ਵਾਰੀ ਕੋਈ ਚੀਜ਼ ਖਾਣ ਨੂੰ ਦਿਲ ਕਰਦਾ ਜਾਂ ਕੁਛ ਵੀ ਇਹ ਪਤਾ ਨਹੀਂ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਂਦਾ ਇਹ ਆਪਣੇ ਆਪ ਹੀ ਲੈ ਆਉਂਦੇ ਆ ਕਈ ਵਾਰੀ ਗੱਲ ਕਰਨੀ ਹੁੰਦੀ ਹੈ ਮੈਨੂੰ ਗੱਲ ਵੀ ਨਹੀਂ ਕਹਿਣ ਦੀ ਜ਼ਰੂਰਤ ਪੈਂਦੀ ਇਹ ਆਪਣੇ ਆਪ ਕਹਿ ਦਿੰਦੇ ਆ ਮਤਲਬ ਇੰਨੀ ਜ਼ਿਆਦਾ ਬੋਂਡਿੰਗ ਹੈ ਨਾ ਕਿ ਕਈ ਵਾਰੀ ਇੱਕ ਦੂਜੇ ਨੂੰ ਕੋਈ ਗੱਲ ਕਹਿਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਆਪਣੇ ਆਪ ਹੀ ਮੂੰਹ 'ਚੋਂ ਨਿਕਲ ਜਾਂਦੀ ਤੁਸੀਂ ਇਹ ਕਹਿਣਾ ਸੀ ਤੁਸੀਂ ਆਹ ਕਹਿਣਾ ਸੀ ਹਾਂ ਇੰਨਾ ਜ਼ਿਆਦਾ ਸਮਝ ਲੈਂਦੇ ਆ ਕਿ ਕੁਛ ਵੀ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਮੈਨੂੰ ਇਹਨਾਂ ਨੂੰ ਇਸ ਕਰਕੇ ਅੱਛਾ ਜਿੱਦਾਂ ਪਹਿਲਾਂ ਤੋਂ ਤੁਸੀਂ ਕਹਿੰਦੇ ਸੀਗੇ ਵੀ ਕਹਿੰਦੇ ਸੀ ਇਹਨੂੰ ਪੜ੍ਹਾਈ ਜਾਂਦੇ ਹੋ ਪੈਸੇ ਲਾਈ ਜਾਂਦੇ ਹੋ ਹੈ ਨਾ ਤੁਸੀਂ ਹੁਣ ਸਟਿਲ ਪੜ੍ਹਦੇ ਪਏ ਹੋ ਫਿਰ ਪਹਿਲਾਂ ਛੱਡਤੀ ਸੀ ਤੁਸੀਂ ਸਟੱਡੀ ਨਹੀਂ ਪਹਿਲਾਂ ਮੈਂ GNM ਕੀਤੀ ਸੀ ਉਸ ਤੋਂ ਬਾਅਦ ਮੈਂ ਜੋਬ ਕੀਤੀ ਸੀ ਹੈ ਨਾ ਸਟਾਫ ਨਰਸ ਹੀ ਜੋਬ ਕਰ ਕੀਤੀ ਸੀ ਮੈਂ 3 ਸਾਲ ਫਿਰ ਉਸ ਤੋਂ ਬਾਅਦ ਫਿਰ ਫੋਰਨ ਦਾ ਆਪਾਂ ਸੋਚ ਰਹੇ ਸੀ ਅਤੇ ਇਸ ਕਰਕੇ ਉਹਦੇ ਲਈ ਹੈ ਨਾ ਗ੍ਰੈਜੂਏਸ਼ਨ ਹੋਣਾ ਜ਼ਰੂਰੀ ਸੀ ਫਿਰ ਉਸ ਤੋਂ ਬਾਅਦ ਫਿਰ ਮੈਰਿਜ ਤੋਂ ਬਾਅਦ ਫਿਰ ਹੁਣ ਮੈਂ ਆਪਣੀ ਕੰਟੀਨਿਊ ਸਟੱਡੀ ਕਰ ਰਹੀ ਹਾਂ ਅੱਗੇ ਹੋਰ ਹਾਂਜੀ ਇਸ ਕਰਕੇ ਹੁਣ ਵਧੀਆ ਲੱਗਦਾ ਵੀ ਅੱਗੇ ਸਟੱਡੀ ਵੀ ਕੰਟੀਨਿਊ ਆ ਹੈ ਨਾ ਹਰੇਕ ਗੱਲ ਪੜ੍ਹ ਲੈਂਦੇ ਆ ਹਰੇਕ ਜਗ੍ਹਾ 'ਤੇ ਸਾਥ ਦਿੰਦੇ ਆ ਹੁਣ ਲੱਗਦਾ ਵੀ ਜ਼ਿੰਦਗੀ ਕੰਪਲੀਟ ਹੋ ਗਈ ਆ ਹਾਂਜੀ ਹੁਣ ਬਹੁਤ ਜ਼ਿਆਦਾ ਵਧੀਆ ਲੱਗਦਾ ਮੇਰੀ ਹੈਲਪ ਵੀ ਬਹੁਤ ਜ਼ਿਆਦਾ ਕਰਵਾਉਂਦੇ ਕਿਉਂਕਿ ਮੇਰੇ ਤੋਂ ਇੰਨਾ ਟਾਈਮ ਨਹੀਂ ਹੁੰਦਾ ਮੈਂ ਡੇਲੀ ਅਪ ਡਾਊਨ ਕਰਦੀ ਹਾਂ ਮੈਨੂੰ 4 ਤੋਂ 5 ਘੰਟੇ ਟਰੈਵਲਿੰਗ ਦੇ ਵਿੱਚ ਲੰਘ ਜਾਂਦੇ ਆ ਮੈਨੂੰ ਸਮਝਦੇ ਵੀ ਮੇਰੇ ਨਾਲ ਕੋਈ ਘਰ ਦਾ ਕੰਮ ਕਰਨਾ ਹੋਵੇ ਕਈ ਵਾਰੀ ਕੱਪੜੇ ਵਾਸ਼ ਕਰਨੇ ਹੋਵੇ ਮੇਰੇ ਤੋਂ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਆ ਕੇ ਮੈਂ ਟਿਊਸ਼ਨ ਪੜ੍ਹਾਉਂਦੀ ਹਾਂ ਬੱਚਿਆਂ ਨੂੰ ਜਦੋਂ ਮੈਂ ਘਰ ਆਉਂਦੀ ਹਾਂ ਟਿਊਸ਼ਨ ਵਾਲੇ ਬੱਚੇ ਆਏ ਹੁੰਦੇ ਆ ਫਿਰ ਮੇਰੀ ਪੂਰੀ ਹੈਲਪ ਕਰਦੇ ਆ ਚਾਹ ਵੀ ਬਣਾ ਦਿੰਦੇ ਆ ਮੈਨੂੰ ਮੇਰੇ ਨਾਲ ਕੱਪੜੇ ਵੀ ਵਾਸ਼ ਕਰਵਾ ਦਿੰਦੇ ਜਦੋਂ ਮੈਂ ਪੜ੍ਹਦੀ ਹੋਵਾਂ ਉਦੋਂ ਵੀ ਜਿੰਨਾ ਟਾਈਮ ਮੈਂ ਪੜ੍ਹੂੰਗੀ ਭਾਵੇਂ ਮੈਨੂੰ ਰਾਤ ਦਾ 1 ਵੱਜ ਜੇ ਭਾਵੇਂ 2 ਵੱਜ ਜੇ ਇਹ ਮੇਰੇ ਨਾਲ ਉਨਾ ਟਾਈਮ ਬੈਠੀ ਰਹੂਗੀ ਜਿੰਨਾ ਟਾਈਮ ਮੇਰਾ ਕੰਮ ਨਹੀਂ ਖਤਮ ਹੋਣਾ ਪੂਰੀ ਸਪੋਰਟ ਕਰਦੀ ਹੈ ਮੈਨੂੰ ਸਟੱਡੀ ਦੇ ਵਿੱਚ ਵੀ ਹੁਣ ਅੱਗੇ ਕਿੱਥੇ ਸੁਪਨਾ ਦੇ ਕੀ ਆ ਤੁਹਾਡਾ ਅੱਗੇ ਫਿਊਚਰ ਕਿੱਥੇ ਦੇਖਦੇ ਹੋ ਅਤੇ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਜਾਏ ਨਾ ਕਿ ਜਲਦੀ ਤੋਂ ਜਲਦੀ ਫਿਰ ਆਪਾਂ ਫੋਰਨ ਦਾ ਟਰਾਈ ਕਰਾਂਗੇ ਜੇ ਨਹੀਂ ਬਣਿਆ ਕਿ ਜੋਬ ਦੇਖਾਂਗੇ ਕਿ ਜਿਹੜੇ ਮੈਂ ਸੁਪਨੇ ਇਹਨਾਂ ਦੇ ਪੂਰੇ ਕਰ ਸਕਾਂ ਕਿ ਆਪਣਾ ਘਰ ਹੋਵੇ ਹੈ ਨਾ ਕਿ ਵਧੀਆ ਜਿਹਾ ਘਰ ਬਣਾਈਏ ਅਤੇ ਜਿਹੜੀਆਂ ਚੀਜ਼ਾਂ ਨੂੰ ਅੱਜ ਕੱਲ੍ਹ ਫਿਰ ਇਕਨੋਮਿਕਲ ਕੰਡੀਸ਼ਨ ਠੀਕ ਨਹੀਂ ਹੈ ਨਾ ਫਿਰ ਉਹਦੇ ਕਰਕੇ ਕਈ ਵਾਰੀ ਕੋਈ ਚੀਜ਼ ਲੈਣੀ ਹੋਵੇ ਸੋਚਣਾ ਪੈਂਦਾ ਕਿ ਇੰਨੇ ਪੈਸੇ ਖਰਚਣੇ ਆ ਕਿ ਵਧੀਆ ਪੜ੍ਹ ਲਿਖ ਕੇ ਮੈਂ ਜੋਬ ਕਰਾਂ ਅਤੇ ਮੈਂ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰ ਸਕਾਂ ਜੋ ਵੀ ਮਤਲਬ ਇਹ ਚਾਹੁੰਦੇ ਆ ਕਿ ਇਹ ਚੀਜ਼ ਲੈਣੀ ਆਹ ਚੀਜ਼ ਲੈਣੀ ਕਿ ਮੈਂ ਸਾਰਿਆਂ ਦੇ ਸੁਪਨੇ ਪੂਰੇ ਕਰ ਸਕਾਂ ਇਸ ਕਰਕੇ ਇਹ ਚਾਹੁੰਦੀ ਹਾਂ ਹੁਣ ਮੈਂ ਅੱਛਾ ਤੁਸੀਂ ਗੱਲ ਦੱਸਦੇ ਸੀ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਸ਼ੁਰੂ ਕੀਤਾ ਸੀਗਾ ਹੈ ਨਾ ਤਾਂ ਉਦੋਂ ਤੁਸੀਂ ਕਿਸੇ ਦਾ ਫੋਨ ਲੈ ਕੇ ਵੀਡੀਓਜ਼ ਬਣਾਉਂਦੇ ਹੁੰਦੇ ਸੀਗੇ ਹਾਂਜੀ ਜਦੋਂ ਆਪਾਂ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਸਭ ਤੋਂ ਫੋਨ ਵੀ ਐਂਡਰਾਇਡ ਸੀ ਉਹਦੇ ਵਿੱਚ ਇੰਨੀ ਵਧੀਆ ਨਹੀਂ ਬਣਦੀ ਹੁੰਦੀ ਸੀ ਫਿਰ ਇਹਨਾਂ ਦਾ ਫਰੈਂਡ ਆ ਉਹਨੇ ਵੀ ਕਦੀ ਨਹੀਂ ਮਨਾ ਕੀਤਾ ਸੀ ਉਹ ਸਾਨੂੰ ਕਹਿ ਰਹਿੰਦਾ ਹੁੰਦਾ ਸੀ ਜਦੋਂ ਤੁਹਾਨੂੰ ਫੋਨ ਦੀ ਜ਼ਰੂਰਤ ਹੈ ਤੁਸੀਂ ਲੈ ਜਿਓ ਫਿਰ ਅਸੀਂ ਫੋਨ ਲੈ ਕੇ ਹੈ ਨਾ ਫਿਰ ਵੀਡੀਓ ਬਣਾਉਂਦੇ ਹੁੰਦੇ ਸੀ ਇੱਥੋਂ ਤੱਕ ਕਿ ਇੰਨਾ ਟਾਈਮ ਵੀ ਨਹੀਂ ਹੁੰਦਾ ਸੀ ਕਿਉਂਕਿ ਮੈਂ ਜਾਣਾ ਹੁੰਦਾ ਸੀ ਉਸ ਤੋਂ ਬਾਅਦ ਮੈਂ ਟਿਊਸ਼ਨ ਵੀ ਪੜ੍ਹਾਉਣੀ ਹੁੰਦੀ ਸੀ ਬੱਚਿਆਂ ਨੂੰ ਆ ਕੇ ਫਿਰ ਘਰ ਦਾ ਵੀ ਕੰਮ ਕਰਨਾ ਹੁੰਦਾ ਸੀ ਫਿਰ ਰਾਤ ਨੂੰ ਸਾਨੂੰ 12-1 ਵਜੇ ਦਾ ਹੁੰਦਾ ਸੀ ਕਈ ਵਾਰੀ ਦਿਨੇ ਨਹੀਂ ਟਾਈਮ ਲੱਗਦਾ ਸੀ ਫਿਰ ਰਾਤ ਨੂੰ 12-1 ਵਜੇ ਅਸੀਂ ਵੀਡੀਓ ਬਣਾਉਂਦੇ ਹੁੰਦੇ ਸੀ ਹਾਂਜੀ ਟਾਈਮ ਨਾ ਹੋਣ ਕਰਕੇ ਨਾ ਵੀ ਤੁਹਾਡਾ ਕੀ ਡਰੀਮ ਆ ਮੇਰਾ ਡਰੀਮ ਤਾਂ ਸਾਰਾ ਇਹਨਾਂ ਨਾਲ ਹੀ ਹੈ ਜੀ ਮੇਰਾ ਤਾਂ ਕੋਈ ਪਹਿਲਾਂ ਡਰੀਮ ਹੈ ਹੀ ਨਹੀਂ ਸੀਗਾ ਜਦੋਂ ਦੇ ਆਇਆ ਉਦੋਂ ਦੀ ਮੇਰਾ ਡਰੀਮ ਬਣਿਆਗਾ ਇਹ ਤਾਂ ਚਾਹੁੰਦੇ ਨੇ ਕਿ ਮੈਂ ਮਤਲਬ ਵਧੀਆ ਜੋਬ ਕਰਾਂ ਜੇ ਬਾਹਰ ਦਾ ਨਹੀਂ ਬਣਦਾ ਵੈਸੇ ਬਾਹਰ ਦਾ ਬਣ ਜੇ ਤਾਂ ਤੁਹਾਡੇ ਡਰੀਮ ਪੂਰੇ ਕਰਨੇ ਕਹਿੰਦੇ ਇਹ ਮੇਰਾ ਤਾਂ ਇਹੀ ਡਰੀਮ ਆ ਮੇਰਾ ਵੀ ਇਹੀ ਡਰੀਮ ਆ ਮੈਂ ਵੀ ਇਹਨਾਂ ਦੇ ਸ਼ੌਂਕ ਪੂਰੇ ਕਰਨੇ ਅੱਛਾ ਮੈਨੂੰ ਇਹ ਆ ਵੀ ਚਲੋ ਸਾਡਾ ਸੋਸ਼ਲ ਮੀਡੀਆ ਦੇ ਉੱਤੇ ਜਲਦੀ ਜਲਦੀ ਹੈ ਨਾ ਫੇਸ ਵੈਲਿਊ ਬਣੇ ਅਤੇ ਅਸੀਂ ਵੀ ਪਾਪੂਲਰ ਹੋਈਏ ਲੋਕਾਂ ਵਾਂਗੂ ਜਿੱਦਾਂ ਹੋਰ ਬਹੁਤ ਲੋਕ ਮਸ਼ਹੂਰ ਹੋ ਰਹੇ ਨੇ ਅੱਜ ਕੱਲ੍ਹ ਆਪਾਂ ਨੂੰ ਵੀ ਇਹੀ ਆ ਵੀ ਅਸੀਂ ਵੀ ਹੋਈਏ ਹੈ ਨਾ ਅਤੇ ਸਾਨੂੰ ਵੀ ਲੋਕ ਜਾਣਨ ਵੀ ਹਾਂ ਯਾਰ ਉਹ ਆ ਗਏ ਫੋਟੋ ਕਰਾਉਣੀ ਆ ਜਾਂ ਇਹ ਆਲਰੇਡੀ ਮਸ਼ਹੂਰ ਹੋ ਚਲੋ ਥੋੜ੍ਹੇ ਬਹੁਤ ਹੋਰ ਹੋ ਜੀ ਹੈ ਨਾ ਅੱਛਾ ਵਧੀਆ ਲੱਗਦਾ ਫਿਰ ਜਦੋਂ ਲੋਕ ਸਪੋਰਟ ਕਰਦੇ ਆ ਅਤੇ ਪ੍ਰੇਜ਼ ਕਰਦੇ ਤੁਹਾਡੀ ਹਾਂਜੀ ਬਹੁਤ ਵਧੀਆ ਲੱਗਦਾ ਕਿਉਂਕਿ ਕਈ ਵਾਰੀ ਹੈ ਨਾ ਆਪਾਂ ਕਿਤੇ ਜਾਂਦੇ ਹਾਂ ਕੋਈ ਨਾ ਕੋਈ ਮਿਲ ਜਾਂਦਾ ਫਿਰ ਕਹਿ ਰਹਿੰਦਾ ਕਿ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਅਸੀਂ ਤੁਹਾਨੂੰ ਵੀਡੀਓ 'ਤੇ ਦੇਖਿਆ ਸੀ ਮੈਂ ਇਹਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਕਿ ਕੋਈ ਤਾਂ ਸਾਨੂੰ ਜਾਣਦਾ ਹਾਂਜੀ ਵਧੀਆ ਲੱਗਦਾ ਇਹਦਾ ਪੋਜ਼ਿਟਿਵ ਵੀ ਕਹਿੰਦੇ ਕਿ ਨੈਗੇਟਿਵ ਵੀ ਕਹਿੰਦੇ ਲੋਕ ਮੋਸਟਲੀ ਕਮੈਂਟ ਆਉਂਦੇ ਆ ਆਪਾਂ ਜਿੰਨੀ ਵੀ ਆਪਾਂ ਵੀਡੀਓ ਪਾਈਆਂ ਆਪਾਂ ਜਦੋਂ ਫ੍ਰੀ ਹੁੰਦੇ ਹਾਂ ਕਿ ਆਪਾਂ ਦੋਨੇ ਵਾਲੇ ਕਮੈਂਟ ਰੀਡ ਕਰਦੇ ਹਾਂ ਸਭ ਦੇ ਉਹਦੇ ਵਿੱਚੋਂ 90-95% ਜਿਹੜੇ ਕਮੈਂਟ ਹੁੰਦੇ ਲੋਕਾਂ ਦੇ ਵਧੀਆ ਹੁੰਦੇ ਆ ਅਤੇ ਥੋੜ੍ਹੇ ਕੁ ਹੁੰਦੇ ਆ ਕਿ ਨੈਗਟਿਵ ਕਮੈਂਟ ਕਰਨ ਵਾਲੇ ਕਈਆਂ ਦੀ ਆਦਤ ਹੁੰਦੀ ਬੋਲਣ ਦੀ ਅਤੇ ਨੈਗਟਿਵ ਕਮੈਂਟ ਵੀ ਕੀਤੇ
ਕੱਪੜੇ ਕਿੱਦਾਂ ਦੇ ਪਾਏ ਆ, ਇੱਕੋ ਹੀ ਸੂਟ ਪਾਇਆ ਪਿਆ, ਨਵੇਂ ਕੱਪੜੇ ਲੈ ਲਓ, ਆਹ ਵੀਡੀਓ ਬਣਾਉਂਦੇ ਹਾਂ, ਤੁਸੀਂ ਇਹਦਾ ਵੀਡੀਓ ਬਣਾਉਂਦੇ ਹਾਂ ਕਿ ਨੈਗੇਟਿਵ ਕਮੈਂਟ ਵੀ ਕਰਦੇ ਹਾਂ, ਪਰ ਆਪਾਂ ਉਹਨਾਂ ਨੂੰ ਰਿਪਲਾਈ ਨਹੀਂ ਕਰਦੇ। ਜਿਨ੍ਹਾਂ ਨੇ ਵਧੀਆ ਕਮੈਂਟ ਕੀਤੇ ਹੁੰਦੇ ਆ ਆਪਾਂ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ, ਆਪਾਂ ਸਾਰੇ ਕਮੈਂਟ ਰਿਪਲਾਈ ਕਰਦੇ ਹਾਂ ਜਿਨ੍ਹਾਂ ਨੇ ਵਧੀਆ ਕੀਤੇ ਹੋਏ, ਕਿਉਂਕਿ ਜਿਨ੍ਹਾਂ ਨੇ ਨੈਗੇਟਿਵ ਕਮੈਂਟ ਕੀਤੇ ਹੁੰਦੇ ਅਸੀਂ ਲਾਈਕ ਕਰਕੇ ਛੱਡ ਦਈਦਾ, ਉਹ ਰਿਪਲਾਈ ਨਹੀਂ ਕਰਦੇ। ਫਿਰ ਜਿਹੜੇ ਕਈ ਸਾਡੇ ਹੁੰਦੇ ਆ ਫੋਲੋਅਰਸ, ਉਹ ਆਪਣੇ ਆਪ ਹੀ ਰਿਪਲਾਈ ਕਰ ਦਿੰਦੇ ਉਹਨਾਂ ਨੂੰ, ਕਈ ਵਾਰੀ ਤਾਂ ਸਾਨੂੰ ਰਿਪਲਾਈ ਕਰਨ ਦੀ ਵੀ ਨਹੀਂ ਜ਼ਰੂਰਤ ਪੈਂਦੀ, ਅਸੀਂ ਨਹੀਂ ਫਿਰ ਉਹਨਾਂ ਨੂੰ ਰਿਪਲਾਈ ਕਰਦੇ, ਉਹਨਾਂ ਵੱਲ ਫਿਰ ਆਪਾਂ ਸੋਚਦੇ ਵੀ ਨਹੀਂ, ਕਿਉਂਕਿ ਕੋਈ ਇਨਸਾਨ ਕੰਮ ਕਰ ਰਿਹਾ, ਬੰਦੇ ਦਾ ਕੰਮ ਹੀ ਹੁੰਦਾ ਕਈਆਂ ਦਾ ਬੋਲਣਾ, ਕਿਉਂਕਿ ਉਹਨਾਂ ਨੇ ਆਪ ਤਾਂ ਕੋਈ ਕੰਮ ਨਹੀਂ ਕੀਤਾ ਹੁੰਦਾ। ਜਦੋਂ ਦੂਜਾ ਕੋਈ ਕੰਮ ਕਰਦਾ ਜਾਂ ਕੋਈ ਕੰਮ ਕਰਨਾ ਸ਼ੁਰੂ ਹੁੰਦਾ, ਬਸ ਫਿਰ ਉਹ ਕੀ ਕਰਦੇ ਆ ਕਿ ਗੰਦੇ ਬੰਦੇ ਕਮੈਂਟ ਕਰਨੇ ਸ਼ੁਰੂ ਕਰ ਦਿੰਦੇ ਆ। ਇਸ ਕਰਕੇ ਫਿਰ ਅਸੀਂ ਨਹੀਂ ਸੋਚਦੇ, ਆਪਾਂ ਉਹ ਦੇਖਦੇ ਹਾਂ ਕਿ ਜਿਹੜੇ ਲੋਕ ਸਾਨੂੰ ਵਧੀਆ ਪੋਜ਼ਿਟਿਵ ਕਮੈਂਟ ਕਰ ਰਹੇ, ਅਸੀਂ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਹਾਂ ਕਿ ਚਲੋ ਸੋਚੋ ਇੰਨੇ ਤਾਂ ਬੰਦੇ 90-95% ਸਾਨੂੰ ਵਧੀਆ ਕਹਿਣ ਵਾਲੇ ਆ, ਜੇ 5% ਕੋਈ ਗਲਤ ਵੀ ਕਹਿ ਰਿਹਾ, ਫਿਰ ਆਪਾਂ ਜਿਹੜੇ ਜ਼ਿਆਦਾ ਪੋਜ਼ਿਟਿਵ ਕਮੈਂਟ ਕਰਦੇ ਉਹਨਾਂ ਵੱਲ ਹੀ ਦੇਖਦੇ ਹਾਂ। ਹਾਂਜੀ, ਜ਼ਿਆਦਾਤਰ ਇਹ ਕਿਹਾ ਜਾਂਦਾ ਵੀ ਹੈ ਨਾ, ਲਵ ਮੈਰਿਜ ਟਿਕਦੀ ਨਹੀਂ ਹੁੰਦੀ, ਅਰੇਂਜ ਮੈਰਿਜ ਜ਼ਿਆਦਾ ਸਕਸੈਸਫੁਲ ਹੁੰਦੀਆਂ ਨੇ, ਕੀ ਕਹਿਣਾ ਚਾਹੋਗੇ? ਨਹੀਂ, ਮੇਰੇ ਅਕੋਰਡਿੰਗ ਤਾਂ ਲਵ ਮੈਰਿਜ ਬਹੁਤ ਜ਼ਿਆਦਾ ਵਧੀਆ ਹੁੰਦੀ, ਕਿਉਂਕਿ ਜਿਸ ਇਨਸਾਨ ਨਾਲ ਆਪਾਂ ਗੱਲ ਕਰਦੇ ਹਾਂ ਉਹਦੇ ਨਾਲ ਸਾਡੀ ਮੈਰਿਜ ਹੋ ਜੇ, ਫਿਰ ਉਹ ਕਿਉਂਕਿ ਆਪਾਂ ਉਹਨੂੰ ਸਾਡੇ ਬਾਰੇ ਸਾਰਾ ਕੁਛ ਪਤਾ ਹੁੰਦਾ, ਸਾਨੂੰ ਵੀ ਉਹਦੇ ਬਾਰੇ ਸਾਰਾ ਕੁਛ ਪਤਾ ਹੁੰਦਾ, ਕਿਉਂਕਿ ਜੇ ਸਾਡੀ ਜਾਨ ਪਰਸਨ ਨਾਲ ਚਲੋ ਮੈਰਿਜ ਹੁੰਦੀ, ਫਿਰ ਵੀ ਕਾਫੀ ਟਾਈਮ ਲੱਗ ਜਾਂਦਾ ਐਡਜਸਟ ਕਰਨ ਨੂੰ ਲਵ ਮੈਰਿਜ, ਕਿਉਂਕਿ ਜੇ ਦੋਨੇ ਰਿਸ਼ਤੇ ਨਿਭਾਉਣ ਵਾਲੇ ਹੋਣ ਤਾਂ ਸਾਰਾ ਕੁਛ ਹੀ ਟਿਕ ਜਾਂਦਾ। ਇਹ ਤਾਂ ਗੱਲ ਕਹਿਣ ਦੀ ਕਿ ਲਵ ਮੈਰਿਜ ਹੀ ਟਿਕਦੀ ਨਹੀਂ, ਇਹ ਤਾਂ ਗੱਲ ਗਲਤ ਹੈ, ਕਿਉਂਕਿ ਬੰਦਾ ਇੱਕ ਦੂਜੇ ਨੂੰ ਸਮਝਣ ਵਾਲਾ ਹੋਣਾ ਚਾਹੀਦਾ, ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਹੋਣਾ ਚਾਹੀਦਾ ਅਤੇ ਪੂਰੀ ਸਪੋਰਟ ਕਰਨ ਵਾਲਾ ਹੋਣਾ ਚਾਹੀਦਾ, ਫਿਰ ਲਵ ਮੈਰਿਜ ਜਾਂ ਅਰੇਂਜ ਮੈਰਿਜ ਦੋਨੋਂ ਟਿਕ ਜਾਂਦੀ ਹੈ, ਦੋਨਾਂ 'ਚ ਕੋਈ ਵੀ ਹੋਵੇ। ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ ਸਾਨੂੰ। ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਜ਼ਿਆਦਾ ਵਧੀਆ, ਤੁਸੀਂ ਆਏ ਸਾਡੀ ਗੱਲ ਸੁਣੀ, ਥੈਂਕ ਯੂ ਜੀ। ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਤੁਸੀਂ ਐਡੀ ਦੂਰੋਂ ਸਾਡੇ ਕੋਲ ਆਏ ਹੈ ਨਾ, ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਸਾਨੂੰ ਵੀ ਬਹੁਤ ਵਧੀਆ ਲੱਗਿਆ। ਸੋ ਜੀ, ਉਮੀਦ ਕਰਦੀ ਇੰਟਰਵਿਊ ਵਧੀਆ ਲੱਗੀ ਹੋਊਗੀ, ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।